ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਚੁੱਕੇ ਆ ਤੇ ਸਾਰੇ ਜੁੜੋ ਤੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਆਪਾਂ ਮੌਕੇ ਤੇ ਮੌਜੂਦਾ ਖੜੇ ਆ। ਮੰਡੀ ਫੁੱਲ ਭਰੀ ਹੋਈ ਹੈ ਜੀ, ਮਸ਼ੀਨਾਂ ਵੀ ਬਹੁਤ ਜ਼ਿਆਦਾ ਆਈਆਂ ਨੇ ਤੇ ਟਰੈਕਟਰ ਵੀ ਬਹੁਤ ਜ਼ਿਆਦਾ ਹੈ ਤੇ ਟਰਾਲੀਆਂ ਵੀ ਬਹੁਤ ਜ਼ਿਆਦਾ ਆਈਆਂ, ਕਿਉਂਕਿ ਸੀਜ਼ਨ ਆ ਗਿਆ ਜੀ। ਲਾਗੇ ਸੀਜ਼ਨ ਕਰਕੇ ਹੁਣ ਸ਼ੁਰੂ ਹੋ ਗਿਆ ਕੰਮ, ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਸੀਜ਼ਨ ਦੇ ਲਾਗੇ ਜਾ ਕੇ 1 ਜਾਂ 2 ਮਹੀਨੇ ਪਹਿਲਾਂ ਮੰਡੀ ਭਰਨੀ ਸ਼ੁਰੂ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਸਾਰੇ ਟਰੈਕਟਰ ਵਿਖਾਉਣੇ ਆ ਤੇ ਜਾਣਕਾਰੀ ਦੇਣੀ ਆ, ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਸਾਰਿਆਂ ਨਾਲੋਂ ਪਹਿਲਾਂ ਤੇ ਲਾਈਕ ਕਰ ਦਿਆ ਜੇ। ਸਵਰਾਜ 744 XT ਮਾਡਲ 4-5 ਸਟਾਰ ਰਿਵਰਸ PTO ਡਬਲ ਡਿਸਟ੍ਰੀਬਿਊਟਰ ਹੈ ਜੀ। 21 ਮਾਡਲ ਹੈ, ਯਾਨੀ ਟੌਪ ਮਾਡਲ ਦੇ ਵਿੱਚ ਆਇਆ। ਤੇ ਜੇ ਗੱਲ ਕਰੀਏ 6,35,000 ਰੁਪਇਆ ਡਿਮਾਂਡ ਹੈ, ਨਵੇਂ ਨਾਲ ਦੇ ਟਾਇਰ ਹੈ। ਅੱਛਾ, ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਜੀ, ਕੋਈ ਕਮੀ ਪੇਸ਼ੀ ਨਹੀਂ। ਟਰੈਕਟਰ ਦਾ ਤੁਸੀਂ ਰੰਗ ਰੋਗਣ ਦੇਖੋ, ਬਿਲਕੁਲ ਸਾਫ਼ ਪਿਆ ਜੀ, ਬਿਲਕੁਲ ਸਾਫ਼ ਤੇ ਓਰੀਜਨਲ ਟਰੈਕਟਰ ਪਿਆ। ਕੁਛ ਹੀ ਮੈਨੂੰ ਲੱਗਦਾ ਥੋੜ੍ਹਾ ਹੀ ਚੱਲਿਆ, ਇੰਨਾ ਕੁਝ ਚੱਲਿਆ ਵੀ ਕੋਈ ਨਹੀਂਗਾ ਟਰੈਕਟਰ। ਜੇ ਗੱਲ ਕਰੀਏ ਟਰੈਕਟਰ ਚੱਲੇ ਦੀ, ਤੇ ਟਰੈਕਟਰ ਚੱਲਿਆ ਵੀ ਥੋੜ੍ਹਾ ਤੇ ਰੰਗ ਦਾ ਵੀ ਪੂਰਾ ਸਾਫ਼ ਪਿਆ ਜੀ। ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਖੜੇ ਹਾਂ, ਤੇ ਇਹ ਮਾਡਲ ਹੈਗਾ TX ਕਹਿਤਾ, ਤੇ ਸੋਨਾਲੀਕਾ ਆ ਗਿਆ 750 DI। ਜੇ DI ਦੀ ਗੱਲ ਕਰੀਏ 750 ਬਹੁਤ ਕਾਮਯਾਬ ਟਰੈਕਟਰ ਹੈ। ਤੇ ਇੱਥੇ ਤੁਹਾਨੂੰ ਸਾਰਿਆਂ ਨਾਲੋਂ ਪਹਿਲਾਂ ਇੱਕ ਤੁਹਾਨੂੰ ਦੱਸ ਦਿੰਦੀ ਹਾਂ, ਪੰਜਾਬ ਨੰਬਰ ਹਰਿਆਣਾ ਨੰਬਰ ਜ਼ਰੂਰ ਮਿਲ ਜਾ। ਪੰਜਾਬ ਨੰਬਰ ਸਾਰਿਆਂ ਨਾਲੋਂ ਜ਼ਿਆਦਾ ਟਰੈਕਟਰ ਹੈ, ਉਸ ਤੋਂ ਬਾਅਦ ਹਰਿਆਣਾ ਨੰਬਰ। ਤੇ 14 ਮਾਡਲ ਹੈ ਤੇ 4,65,000 ਰੁਪਇਆ ਡਿਮਾਂਡ ਹੈ। ਪਾਵਰ ਸਟੀਅਰਿੰਗ ਹੈ, ਡਬਲ ਕਲੱਚ, ਸਾਈਡ ਗੇਅਰ, ਡਬਲ ਡਿਸਟ੍ਰੀਬਿਊਟਰ ਜੀ। ਠੀਕ ਹੈ, ਡਬਲ ਡਿਸਟ੍ਰੀਬਿਊਟਰ ਹੈ, ਦੇਖ ਸਕਦੇ ਤੁਹਾਨੂੰ ਨੇੜਿਓਂ ਕਰਕੇ ਥੋੜ੍ਹਾ ਰੰਗ ਰੋਗਣ ਤਾਂ ਵਿਖਾਈਦਾ ਵੀ ਬੰਦੇ ਬਾਅਦ 'ਚੋਂ ਨਾ ਲਾਮਾ ਦਿੰਦੇ ਨੇ, ਵੀ ਕਈ ਵਾਰੀ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਨਾ ਲਾਗਿਓ ਨਹੀਂ ਵਿਖਾਉਂਦਾ ਵੀਡੀਓ 'ਚ। ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ ਤੇ ਲਾਈਕ, ਤੇ ਜੋ ਕਿ ਆਪਣਾ ਵੱਧ ਤੋਂ ਵੱਧ ਜਾਣੇ ਜੁੜ ਸਕਣ। ਅਗਲੇ ਬੰਨੇ ਸੋਨਾਲੀਕਾ 750 ਆ ਗਿਆ ਜੀ, ਹਰਿਆਣਾ ਨੰਬਰ, 17 ਮਾਡਲ, 4,95,000 ਰੁਪਇਆ ਡਿਮਾਂਡ ਹੈ। ਇਸ ਤੋਂ ਇਲਾਵਾ ਪਾਵਰ ਸਟੀਅਰਿੰਗ ਹੈ, ਡਬਲ ਕਲੱਚ, ਡਬਲ ਡਿਸਟ੍ਰੀਬਿਊਟਰ, ਸਾਈਡ ਗੇਅਰ। ਜਿਹੜੇ ਟਾਇਰ ਨੇ, ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦੱਸੀਏ, ਦੇਸਾ ਦੇ ਬਿਲਕੁਲ ਓਕੇ ਬੇਦਾਗ ਪੱਕੇ ਟਾਇਰ ਹੈ ਜੀ। 50 ਤੋਂ 60 ਪੈਸੇ ਟਾਇਰ ਪਏ ਨੇ, ਬੇਦਾਗ ਅਤੇ ਪੱਕੇ। ਅਗਲੇ ਬੰਨੇ ਆ ਗਿਆ ਜੀ ਨਿਊ ਹੋਲੈਂਡ ਦਾ 3630 ਸੁਪਰ ਮਾਡਲ ਹੈ। ਅਤੇ ਇਹਦੀ ਗੱਲ ਕਰੀਏ 12+3 ਦੀ ਸਪੀਡ, ਹਾਈ ਲੋ ਮੀਡੀਅਮ ਵਾਲਾ ਟਰੈਕਟਰ ਹੈ, ਹਾਈ ਲੋ ਮੀਡੀਅਮ ਵਾਲਾ। ਅਤੇ ਜੇ ਗੱਲ ਕਰੀਏ ਇੱਧਰ ਫੋਰਡ ਟਰਾਇਲ ਵਾਸਤੇ ਗਿਆ ਸੀ, ਹੁਣ ਇੱਥੇ ਲਾਉਣ ਲੱਗੇ ਨੇ, ਅਤੇ ਇਹ ਵੀ ਤੁਸੀਂ ਦੇਖੋ, ਇਹਦੇ ਬਾਰੇ ਵੀ ਆਪਾਂ ਕਰਦੇ ਹਾਂ। 16-9-28 ਦੇ ਟਾਇਰ ਨੇ, 3630, ਇਹ ਵੀ ਬੜਿਆਂ ਦੀ ਪਸੰਦ ਹੈ ਫੋਰਡ। ਅਤੇ ਇਹਦੀ ਜੇ ਗੱਲ ਕਰੀਏ, ਇਹ ਹੈਗਾ 2000 ਮਾਡਲ, 3,45,000 ਰੁਪਇਆ ਡਿਮਾਂਡ। ਹਰਿਆਣਾ ਨੰਬਰ ਆ ਗਿਆ 13 ਮਾਡਲ, 4,60,000 ਰੁਪਇਆ ਡਿਮਾਂਡ ਹੈ, ਬਿਨਾਂ ਡੈੱਕ ਤੋਂ ਜੀ। ਠੀਕ ਹੈ, ਆ ਮਿਊਜ਼ਿਕ ਸਿਸਟਮ ਨਾਲ ਨੀਗਾ ਪਰ, ਅਤੇ ਤੁਹਾਨੂੰ ਦੱਸਤਾ ਪ੍ਰਾਈਜ਼। ਜੇ ਟਾਇਰਾਂ ਦੀ ਗੱਲ ਕਰੀਏ, ਦੇਖ ਸਕਦੇ 20-30% ਟਾਇਰ ਨੇ। ਅਤੇ ਅਗਲੇ ਬੰਨੇ ਆ ਗਿਆ ਮਹਿੰਦਰਾ ਦਾ ਭੂਮੀ ਪੁੱਤਰ ਮਾਡਲ, ਅਤੇ ਇਹ ਹੈਗਾ ਜੀ ਏਅਰ ਫਲੋ ਵਾਲਾ। ਇਹ ਟਰਾਲੀ 'ਤੇ ਬਹੁਤ ਜ਼ਿਆਦਾ ਕਾਮਯਾਬ ਟਰੈਕਟਰ ਹੈ, ਜੇ ਗੱਲ ਕਰੀਏ ਜਿਵੇਂ ਆਸ਼ਾ ਕਾਮਯਾਬ, ਉਸੇ ਤਰੀਕੇ ਨਾਲ ਇਹ ਹੈ, ਸੈਲਫ ਸਟਾਰਟ ਹੈ। ਜੇ ਟਾਇਰਾਂ ਦੀ ਗੱਲ ਕਰ ਲਈਏ, ਮਗਰਲੇ ਨਾਂ ਦੇ ਬਰਾਬਰ, ਅਗਲੇ 60-70 ਪੈਸੇ ਪਏ ਆ। ਜੇ ਮਾਡਲ ਦੀ ਗੱਲ ਕਰੀਏ ਅਤੇ ਰੇਟ ਦੀ ਗੱਲ ਕਰੀਏ, ਮਾਡਲ ਹੈਗਾ 6,120,000 ਰੁਪਇਆ ਡਿਮਾਂਡ ਹੈ। ਅਤੇ ਦੇਖ ਸਕਦੇ ਕੰਡੀਸ਼ਨ ਜਿਹੜੀ ਤੁਹਾਨੂੰ ਲਾਗਿਓ ਕਰਕੇ ਤਾਂ ਵਿਖਾਈ, ਦੇਖੋ ਮਾੜੀ ਕੰਡੀਸ਼ਨ ਇੱਕ ਵਾਰੀ। ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੀ ਚੱਲਿਆ ਜੇ, ਜੋ ਕਿ ਵੱਧ ਤੋਂ ਵੱਧ ਜਾਣੇ ਆਪਣੇ ਨਾਲ ਜੁੜ ਸਕਣ। ਅਤੇ ਹਰ ਇੱਕ ਦਾ ਟਰੈਕਟਰ ਵਿਖਾਉਣਾ ਅੱਜ ਆਪਾਂ, 3630 ਨਿਊ ਹੋਲੈਂਡ TX ਮਾਡਲ। ਇਹ ਹੈਗਾ ਜੀ 6 ਮਾਡਲ ਹੈ, 2,90,000 ਰੁਪਇਆ ਡਿਮਾਂਡ ਹੈ, ਸਿੰਪਲ ਸਟੇਅਰਿੰਗ 'ਚ ਹੈ ਅਤੇ ਓਇਲ ਇੰਪ੍ਰੈਸਡ ਡਿਸਕ ਬਰੇਕ ਹੈ ਜੀ। ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ, ਸਾਈਡ ਗੇਅਰ ਦੇ ਨਾਲ ਹੈ, ਹਾਈ ਲੋ ਏ, ਇਕੱਲਾ ਹਾਈ ਲੋ ਏ ਪਲੱਸ ਵਾਲਾ ਮਾਡਲ ਹੈ ਜੀ। ਠੀਕ ਹੈ, ਸਿੰਪਲ ਸਟੀਅਰਿੰਗ ਦੇ ਵਿੱਚ ਆ।
ਅਤੇ ਅਗਲੇ ਬੰਨੇ ਆਈਸ਼ਰ ਆ ਗਿਆ 241, ਇਹ ਹੈਗਾ 96 ਮਾਡਲ, 1,32,000 ਰੁਪਇਆ ਡਿਮਾਂਡ। ਅਤੇ ਇਸੇ ਤਰੀਕੇ ਨਾਲ ਮੰਡੀ ਬਹੁਤ ਵੱਡੀ ਆ, ਅਤੇ ਕਮੈਂਟ ਕਰੋ ਕਿਹੜਾ ਕਿਹੜਾ ਟਰੈਕਟਰ ਦੇਖਣਾ ਉਹ ਵਿਖਾਈ ਚੱਲਾਂਗੇ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ, ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ, ਕਿਉਂਕਿ ਵੱਧ ਤੋਂ ਵੱਧ ਲੋਕ ਜਿਹੜੇ ਆਪਣੇ ਨਾਲ ਜੁੜ ਸਕਣ। ਅਤੇ ਆਹ ਵੇਖੋ ਜੀ ਸਵਰਾਜ 855 ਨਵਾਂ ਖੜਾ, ਅਤੇ ਇਹਨੂੰ ਇਹ ਤਾਂ ਤੁਹਾਨੂੰ ਦਿਖਾਉਣੇ ਪੈਣਾ ਇੱਥੋਂ ਸ਼ੁਰੂ ਕਰ, ਸਵਰਾਜ ਦੀ ਸਾਰੀ ਲਾਈਨ ਸ਼ੁਰੂ ਹੋ ਜਾਣੀ ਇੱਥੋਂ। ਅਤੇ ਸਵਰਾਜ 855, ਅੱਛਾ 15 ਸਪੀਡ, ਹਾਈ ਲੋ ਮੀਡੀਅਮ ਵਾਲਾ ਆ ਗਿਆ, 22 ਮਾਡਲ ਹੈ, 7,70,000 ਰੁਪਇਆ ਡਿਮਾਂਡ ਹੈ, PV3, ਠੀਕ ਹੈ। ਸੀਟ ਦਾ ਹਜੇ ਕਵਰ ਨਹੀਂ ਲੱਥਾ, ਜੇ ਗੱਲ ਕਰੀਏ ਕਵਰ ਦੀ, ਜਮਾਂ ਜੈਨੂਅਨ ਟਰੈਕਟਰ, ਨਾਲ ਦਾ ਸਾਰਾ ਕੁਛ ਓਰੀਜਨਲ, ਕੁਛ ਘੰਟੇ ਯਾਨੀ ਕਿ ਚੱਲਿਆ ਹੋਇਆ ਟਰੈਕਟਰ ਹੈ, ਅਤੇ ਕੋਈ ਕਮੀ ਪੇਸ਼ੀ ਨਹੀਂ ਦੇਖ ਸਕਦੇ ਟਰੈਕਟਰ ਦੀ। ਅਤੇ ਨਵਾਂ ਟਰੈਕਟਰ ਹੈ, ਚੱਲਿਆ ਹੀ ਕੁਛ ਨਹੀਂ ਗਾ, ਅਤੇ ਦੇਖ ਸਕਦੇ ਜੀ ਟਰੈਕਟਰ ਨੂੰ, ਤੁਹਾਨੂੰ ਨਾ ਲਾਗੋਂ ਵਿਖਾ ਦਈਏ ਇੱਕ ਵਾਰੀ, ਜਮਾਂ ਰੰਗ ਰੋਗਣ ਕਿਤੇ ਵੀ, ਨਾਲ ਦੇ ਟਾਇਰ ਨੇ ਦੇਖੋ, ਨਾਲ ਦੇ ਟਾਇਰ ਨੇ, ਕੋਈ ਉਹ ਨਹੀਂ ਹੈਗਾ ਟਾਇਰ ਪਹਿਲਾਂ ਦੇ ਜਾਂ ਕੁਛ ਹੈ। ਅਤੇ ਦੇਖ ਸਕਦੇ ਕਿਉਂਕਿ ਐਰਕੀ ਲੋਕਾਂ ਨੂੰ ਨਰਮਾ ਵਗੈਰਾ ਨਹੀਂ ਹੋਇਆ, ਫਸਲ ਵਗੈਰਾ ਨਹੀਂ ਹੋਈ, ਤਾਂ ਲੋਕ ਸੇਲ ਕਰ ਰਹੇ ਜਿਨ੍ਹਾਂ ਨੇ ਨਵੇਂ ਕਢਾਏ ਸੀ, ਖਾਸ ਕਰਕੇ ਉਹਨਾਂ ਦੇ। ਅਤੇ ਹਜੇ ਤੱਕ ਸੀਟ ਦਾ ਜਿਹੜਾ ਲਿਫਾਫਾ ਵੀ ਨਹੀਂ ਉਤਰਿਆ ਉਦਲੇ ਬੰਨੋਂ। ਅਗਲੇ ਬੰਨੇ ਆ ਗਿਆ ਸੋਨਾਲੀਕਾ 750 ਵਾਲਾ, ਇੰਟਰਨੈਸ਼ਨਲ ਹੈ, ਸਾਈਡ ਗੇਅਰ ਹੈ, ਡਬਲ ਡਿਸਟ੍ਰੀਬਿਊਟਰ ਹੈ, ਇਸ ਤੋਂ ਇਲਾਵਾ ਤੇਲ ਬ੍ਰੇਕ ਹੈ ਜੀ, ਟਾਇਰ ਹੈ ਜਿਹੜੇ ਬਿਲਕੁਲ ਬੇਦਾਗ ਪੱਕੇ ਟਾਇਰ, 80-90 ਪੈਸੇ ਟਾਇਰ ਪਏ ਜੀ, ਪਾਵਰ ਸਟੇਅਰਿੰਗ ਹੈ। ਅਤੇ ਇਹ ਹੈਗਾ ਜੀ 4,20,000, PV50 ਨੰਬਰ, ਮਾਡਲ 14, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੀ, ਅਤੇ ਲਾਈਕ ਕਰ ਦਿਆ ਜੀ ਇੱਕ ਵਾਰੀ, ਕਿਉਂਕਿ ਸਾਰੇ ਜਾਣਿਆਂ ਤੱਕ ਵੀਡੀਓ ਪਹੁੰਚਣੀ ਚਾਹੀਦੀ। ਅਗਲੇ ਬੰਨੇ ਫਿਰ ਸਵਰਾਜ ਆ ਗਿਆ ਜੀ, 855, ਸੀਟ ਕਵਰ ਇਹਦੇ ਵੀ ਨਹੀਂ ਲੱਥੇ ਜੀ, ਸਾਈਡ ਗੇਅਰ ਹੈ। ਅਤੇ ਜੇ ਗੱਲ ਕਰੀਏ ਇਹਦੀ ਸਪੀਡਾਂ ਦੀ, 22 ਮਾਡਲ ਹੈ, 7,65,000 ਰੁਪਇਆ, 3 ਸਪੀਡ ਹੋਏਗਾ ਲਗਭਗ, ਹਾਂ 3 ਸਪੀਡ ਹੈ, ਹਾਈ ਲੋ ਮੀਡੀਅਮ ਡਬਲ, PTO ਕਲੱਚ ਦੇ ਨਾਲ ਆ ਗਿਆ। ਅਤੇ ਰੇਟ ਤੁਹਾਨੂੰ ਦੱਸੀਏ ਹੈਗਾ 7,65,000 ਰੁਪਇਆ, ਅਤੇ ਰਿਵਰਸ PTO ਹੈ, ਅਤੇ ਸਟਾਰ ਹੈ ਜਿਹੜੇ 5 ਨੇ, ਅਤੇ 50 ਨੰਬਰ ਹੈ ਜੀ। ਅਗਲੇ ਬੰਨੇ ਆ ਗਿਆ 963, ਇਹ ਹੈਗਾ FE ਮਾਡਲ ਹੈ, ਅਤੇ ਇਹ ਹੈਗਾ ਜੀ 2020 ਮਾਡਲ ਹੈ, ਅਤੇ 20 ਤਰੀਕ 11ਵੇਂ ਮਹੀਨੇ 'ਚ ਨਿਕਲਿਆ 20 ਮਾਡਲ, ਅਤੇ 6,85,000 ਰੁਪਏ ਡਿਮਾਂਡ ਹੈ, ਟੋਪ ਮਾਡਲ ਹੈ, 50 ਨੰਬਰ ਹੈ ਜੀ। ਅਤੇ ਜੇ ਗੱਲ ਕਰੀਏ ਲਿਸ਼ਕਾ ਮਾਰਦਾ ਟਰੈਕਟਰ, ਲਿਸ਼ਕਾ ਮਾਰਦਾ ਪਿਆ ਵੇਖ ਸਕਦੇ, ਸਾਈਡ ਗੇਅਰ ਦੇ ਨਾਲ, ਇਹ ਹੈਗਾ 963 ਕਹਿੰਦੇ ਨੇ ਇਹਨੂੰ, ਅਤੇ ਡਬਲ ਡਿਸਟ੍ਰੀਬਿਊਟਰ, ਠੀਕ ਹੈ ਜੀ। ਇਹਦੇ ਫੀਚਰ ਤਾਂ ਵੱਖਰੇ ਹੀ ਨੇ ਜੇ ਗੱਲ ਕਰੀਏ, ਅੰਦਾਜ਼ ਹੀ ਵੱਖਰਾ ਇਸ ਟਰੈਕਟਰ ਦਾ, ਅਤੇ 855 ਆਪਦੀ ਜਗ੍ਹਾ ਪਰ ਇਹ ਆਪਦੀ ਜਗ੍ਹਾ ਜੀ, ਠੀਕ ਹੈ। ਅਤੇ ਪਾਵਰ ਸਟੇਅਰਿੰਗ ਹੈ, ਅਤੇ ਤੁਹਾਨੂੰ ਮਾਡਲ ਤਰੀਕ ਵੀ ਦੱਸਤੀ ਇੱਥੋਂ ਤੱਕ ਹੀ। ਵੀਡੀਓ ਨੂੰ ਹੁਣ ਸ਼ੇਅਰ ਕਰੀ ਚੱਲਿਆ ਜੀ, ਅਗਲੇ ਬੰਨੇ ਸਵਰਾਜ 855, 5 ਸਟਾਰ ਹੈ, ਸੈਂਟਰ ਗੇਅਰ ਹੈ ਜੀ, ਡਬਲ PTO ਕਲੱਚ ਆ ਗਿਆ, ਅਤੇ ਇਸੇ ਦੇ ਨਾਲ ਨਾ, ਅਤੇ ਟਾਇਰ ਵੀ ਬੇਦਾਗ ਅਤੇ ਪੱਕੇ, ਇੱਧਰ 16-28 ਦੇ ਟਾਇਰ ਸੀ 63 ਨੂੰ ਜੀ, ਠੀਕ ਹੈ। ਇੱਕ 63 ਦੀ ਤੁਹਾਨੂੰ ਹੋਰ ਖਾਸੀਅਤ ਦੱਸੀਏ, ਇਹਦੇ ਪੰਪ ਵੇਖੋ ਕਿੱਡਾ ਵੱਡਾ ਲੱਗਾ ਹੁੰਦਾ, ਇਹ ਕਦੇ ਮਰਦਾ ਨਹੀਂ ਜੀ, ਠੀਕ ਹੈ। ਇਹ ਖਾਸੀਅਤ ਇਹਦੀ, ਕਿਉਂ ਨਹੀਂ ਮਰਦਾ, ਜੇ ਇਹ ਮਰ ਵੀ ਗਿਆ ਨਾ, ਜਿੰਨਾ ਕੁ ਸਵਰਾਜ ਨੂੰ ਛੋਟਾ ਪੰਪ ਲੱਗਾ ਹੁੰਦਾ ਜਾਂ ਸੋਨਾਲੀਕਾ ਨੂੰ ਲੱਗਾ ਹੁੰਦਾ, ਤਾਂ ਵੀ ਉਨਾ ਕੰਮ ਕਰੀ ਜਾਵੇਗਾ, ਮਰਿਆ ਵੀ ਹੋਇਆ ਨਾ, ਇੰਨਾ ਕੰਮ ਕਰੀ ਜਾਂਦਾ ਰਹਿੰਦਾ। 20 ਮਾਡਲ ਹੈ, 9ਵੇਂ ਮਹੀਨੇ 'ਚ ਨਿਕਲਿਆ, 6,40,000 ਰੁਪਇਆ ਡਿਮਾਂਡ ਹੈ, 50 ਨੰਬਰ ਹੈ ਜੀ, ਠੀਕ ਹੈ। PV ਨੰਬਰ ਹੈ, ਰਿਵਰਸ PTO ਹੈ, ਅਤੇ ਜਿਹੜੀ ਰੇਸ ਲੱਗੀ ਡਬਲ ਡਿਸਟ੍ਰੀਬਿਊਟਰ ਹੈ ਜੀ, ਇਸ ਤੋਂ ਇਲਾਵਾ ਜਿਹੜੀ ਰੇਸ ਲੱਗੀ ਉੱਚੇ ਪੈਡਲ ਵਾਲੀ ਲੱਗੀ ਹੋਈ ਜੀ, ਠੀਕ ਹੈ। ਥੱਲੜੀ ਤਾਂ ਹੈਗੀ 3 ਰੇਸਾਂ ਕਰਤੀਆਂ ਜੀ। ਅਤੇ ਅਗਲੇ ਬੰਨੇ ਆਪਾਂ ਜੌਂਡੀਅਰ ਵਾਲੇ ਕਲੈਕਸ਼ਨ 'ਚ ਚੱਲੀਏ, ਜੌਂਡੀਅਰ ਵਾਲੇ ਬੰਨੇ, ਇੱਥੇ ਤੁਹਾਨੂੰ 50 ਨੰਬਰ ਸਭ ਨਾਲੋਂ ਜ਼ਿਆਦਾ ਟਰੈਕਟਰ ਵੇਖਣ ਨੂੰ ਮਿਲੇਗਾ, 50-50D ਹੈਵੀ ਬੈਂਪਰ 'ਚ। ਅਤੇ ਜੇ ਗੱਲ ਕਰੀ ਜਮਾਂ ਨਵਾਂ ਨੁੱਕ ਟਰੈਕਟਰ ਉੱਤੇ, ਟੈਕ ਵਗੈਰਾ ਲੱਗਾ ਹੋਇਆ, ਮਿਊਜ਼ਿਕ ਸਿਸਟਮ, 16 ਮਾਡਲ। ਅਤੇ ਜੇ ਗੱਲ ਕਰੀਏ
ਰੇਟ ਦੀ 5,45,000 ਰੁਪਇਆ ਰੇਟ ਹੈ ਅਤੇ ਕੈਸ਼ ਦੇ ਵਿੱਚ ਦੇਣੀ, ਠੀਕ ਹੈ, ਕੈਸ਼ ਦੇ ਵਿੱਚ ਹੈ। ਅਤੇ ਜੇ ਲੋਨ ਲੂਨ ਕਹਿੰਦੇ, ਜੇ ਤੁਸੀਂ ਲੋਨ ਉੱਚੇ ਮਾਡਲਾਂ ਦੇ ਇੱਥੇ ਵੀ ਹੋ ਜਾਂਦੇ ਨੇ ਉਸੇ ਤਰੀਕੇ ਨਾਲ, ਅਤੇ ਲੋਨ ਦੀ ਵੀਡੀਓ ਐਰਕੀ ਬਣਾ ਲਈ ਆਪਾਂ। ਅਤੇ ਇਸ ਤੋਂ ਇਲਾਵਾ ਆਪਾਂ ਟੋਚਨ ਮੁਕਾਬਲਾ ਵਿਖਾਵਾਂਗੇ ਸ਼ਨੀਵਾਰ ਦਿਨ, ਸ਼ਨੀਵਾਰ ਟੋਚਨ ਮੁਕਾਬਲਾ ਹਰ ਇੱਕ ਟਰੈਕਟਰ ਦਾ। ਅਤੇ ਸਾਰੇ ਜਣੇ ਜੁੜਿਆ ਜੇ, ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਅਤੇ ਲਾਈਕ ਕਰ ਦਿਓ। ਤਲਵੰਡੀ ਸਾਬੋ ਟਰੈਕਟਰ ਮੰਡੀ 'ਚ ਖੜ੍ਹੇ ਹਾਂ, ਅਤੇ ਕਿਹੜਾ ਪ੍ਰੀਤ 955 ਦਾ ਆਪਾਂ ਨੂੰ ਕਮੈਂਟ ਆ ਗਿਆ, ਠੀਕ ਹੈ, ਅਤੇ ਵਿਖਾਉਣੇ ਆਪਾਂ 955 ਅਤੇ ਪ੍ਰੀਤ। ਹਾਂ, 17 ਮਾਡਲ, ਵੀ ਮਾਡਲ ਤਾਂ ਮੈਂ ਤੈਨੂੰ ਅੰਦਾਜ਼ਾ ਦੱਸ ਦੂੰਗਾ, ਪਰ ਟਰੈਕਟਰ ਜ਼ਰੂਰ ਵਿਖਾ ਦਾਂਗੇ ਜੇ ਆਇਆ ਹੋਇਆ। ਮੰਡੀ ਬਹੁਤ ਵੱਡੀ ਹੈ, ਪੰਜਾਬ ਦੀ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ 'ਚ ਖੜ੍ਹੇ ਹਾਂ ਆਪਾਂ, ਠੀਕ ਹੈ ਜੀ। ਪੰਜਾਬ ਦੀ ਇੱਦੋਂ ਵੱਡੀ ਕੋਈ ਮੰਡੀ ਨਹੀਂ ਹੈਗੀ, ਮੋਗਾ ਵੀ ਛੋਟੀ ਹੈ, ਮਲੋਟ ਵੀ ਛੋਟੀ ਹੈ, ਬਰਨਾਲਾ ਵੀ ਛੋਟੀ ਹੈ, ਕੋਟਕਪੂਰਾ ਵੀ ਛੋਟੀ ਹੈ ਜੀ, ਅਤੇ ਬੁਢਲਾਡਾ ਵੀ ਛੋਟੀ ਹੈ, ਝੰਡੀਰ ਵੀ ਛੋਟੀ ਹੈ ਜੀ। ਜੇ ਗੱਲ ਕਰੀਏ ਸਾਰਿਆਂ ਨਾਲੋਂ ਵੱਡੀ ਮੰਡੀ ਹੈ ਜੀ, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ, ਜੋ ਕਿ ਸਾਰੇ ਜਣੇ ਆਪਣੇ ਨਾਲ ਜੁੜ ਸਕਣ, ਠੀਕ ਹੈ ਜੀ। ਅਤੇ 241 ਦਿਖਾਓ, ਆ ਹੀ ਜਾਂਦੇ ਕਮੈਂਟ ਆਪਣੇ ਕੋਲ, ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇ ਕੇ ਜਾਵਾਂਗੇ। ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਵਾਰੀ। ਮੈਸੀ 241 ਆ ਗਿਆ, ਅਤੇ ਬਾਈ 241, ਅੱਛਾ ਠੀਕ ਹੈ, ਮੈਸੀ ਦੇ ਹੀ ਹੈ ਕਮੈਂਟ, ਮੈਂ ਕਿਤੇ ਆਇਸ਼ਰ ਦਾ ਕਮੈਂਟ ਹੈ। ਅਤੇ ਫਾਰਮ ਟਰੈਕ 45 ਖੜਾ ਆਪਣੇ ਸਾਹਮਣੇ, ਡਬਲ ਕਲੱਚ ਵਾਲਾ, ਸਿੰਪਲ ਸਟੀਅਰਿੰਗ ਵਾਲਾ, ਡਬਲ ਰਾਡ ਦੇ ਵਿੱਚ, ਇੱਕ ਮਾਡਲ 2,55,000 ਰੁਪਏ ਡਿਮਾਂਡ ਹੈ। ਅਤੇ ਆਪਾਂ ਅਗਾਂਹ ਚੱਲਦੇ ਹਾਂ, ਕਿਉਂਕਿ ਮੰਡੀ ਬਹੁਤ ਵੱਡੀ ਵੈਸੇ, ਅਤੇ ਟੋਟਲ ਤਾਂ ਮੰਡੀ ਘੁੰਮ ਨਹੀਂ ਸਕਦੇ। ਅਤੇ ਜਿਵੇਂ 241 ਦੇ 'ਤੇ ਆਪਾਂ ਨੂੰ ਕਮੈਂਟ ਆ ਗਏ, ਉਹ ਸ਼ੁਰੂ ਕਰ ਦਿੰਦੇ ਹਾਂ ਆਪਾਂ ਹੁਣ ਕਮੈਂਟਾਂ ਦੇ ਹਿਸਾਬ 'ਤੇ। ਕੁਛ ਆਪਾਂ ਇੱਕ ਲੈਣ ਨੂੰ ਆਪਾਂ ਵਿਖਾਈ ਚੱਲਾਂਗੇ, ਇੱਕ ਲੈਣ ਸਰ ਟਰੈਕਟਰ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ ਇੱਕ ਵਾਰੀ, ਠੀਕ ਹੈ ਜੀ, ਕਿਉਂਕਿ ਸਾਰੇ ਜਣੇ ਜਿਹੜੇ ਜੁੜ ਸਕਣ ਆਪਣੇ ਨਾਲ। ਕਾਰਨ ਇਹ ਆ ਜੀ, ਵੱਧ ਤੋਂ ਵੱਧ ਲੋਕ ਜੁੜਨਗੇ ਅਤੇ ਵੱਧ ਤੋਂ ਵੱਧ ਕਮੈਂਟ ਆਵੇਗਾ, ਅਤੇ ਜਿਹੜਾ ਕਿ ਪਤਾ ਲੱਗੇ ਸਾਨੂੰ ਆਪਾਂ ਨੂੰ ਵੀ ਕਿਹੜਾ ਟਰੈਕਟਰ ਡਿਮਾਂਡ ਹੈ। ਬਾਕੀ ਏਰੀਆ ਤੁਸੀਂ ਦੱਸ ਦਿਆ ਕਰੋ ਵੀ ਕਿੱਥੋਂ ਤੱਕ ਆਪਣੀ ਵੀਡੀਓ ਪਹੁੰਚ ਰਹੀ ਹੁੰਦੀ ਹੈ ਨਾ, ਅਤੇ ਉਹ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਏਰੀਏ ਤੱਕ ਆਪਣੀ ਵੀਡੀਓ ਜਾ ਰਹੀ ਹੈ, ਠੀਕ ਹੈ ਜੀ। ਇਹ ਜ਼ਰੂਰ ਕਮੈਂਟ ਕਰਿਆ ਕਰੋ, ਹੁਣ ਵੀ ਕਰ ਦਿਓ ਜਿੰਨੇ ਜਣੇ ਜੁੜੇ ਲਾਈਵ ਦੇ ਵਿੱਚ। ਅਤੇ ਅੱਗੇ ਮੈਂ ਕਹਿੰਦਾ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ। 744 ਆ ਗਿਆ ਜੀ, ਐਫ ਈ ਮਾਡਲ, ਇੱਕ ਆਪਾਂ ਤੁਹਾਨੂੰ XT TX ਬਾਰੇ ਮਾਡਲ ਵਿਖਾ ਗਏ, ਇਹ ਹੈਗਾ ਐਫ ਈ ਮਾਡਲ 744, ਸਿੰਪਲ ਸਟੀਅਰਿੰਗ, ਟਾਇਰ ਚੰਗੇ ਪਏ ਨੇ, 3 ਮਾਡਲ, ਡਬਲ ਕਲੱਚ, 2,40,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ ਬਿਲਕੁਲ ਵੀ ਵਧੀਆ ਪਈ ਹੈ ਮਾਡਲ ਦੇ ਹਿਸਾਬ 'ਤੇ ਜੇ ਗੱਲ ਕਰੀਏ। ਅਗਲੇ ਮਗਰਾਟ ਲੱਗੇ ਹੋਏ ਆ, ਅਤੇ ਬਾਈ ਕਾਲਾਂ ਵਾਲੀ ਤੋਂ, ਠੀਕ ਹੈ ਬਾਈ ਕਾਲਾਂ ਵਾਲੀ, ਹਾਂ ਬਾਈ ਤੁਹਾਡੇ ਵੀ ਇੱਥੇ ਡੱਬ ਵਾਲੀ ਹੱਦ ਤੱਕ ਨੇੜੇ ਮੰਡੀ ਪੈਂਦੀ ਹੈ ਨਾ ਤੁਹਾਨੂੰ, ਕਾਲਾਂ ਵਾਲੀ, ਕਾਲਾਂ ਵਾਲੀ ਜਿੱਥੇ ਲੋਡਰ ਤਿਆਰ ਹੁੰਦੇ ਨੇ। ਅਤੇ ਇਸ ਤੋਂ ਪਹਿਲਾਂ ਅਗਲੇ ਪੈਂਦੇ ਸਵਰਾਜ 855, ਬਾਕੀ ਐਂ ਤੁਹਾਡੇ ਨਾਲ ਜਿਵੇਂ ਗੱਲਬਾਤ ਹੁੰਦੀ ਰਹਿੰਦੀ ਇਹ ਬੈਟਰ ਰਹਿੰਦੀ ਹੈ, ਟਰੈਕਟਰ ਇਕੱਲੇ ਬੋਲ ਬੋਲ ਕੇ ਬੰਦਾ ਮੰਨ ਲਓ ਬੋਰ ਹੋ ਜਾਂਦਾ, ਅਤੇ ਜਿਵੇਂ ਐਂ ਥੋੜ੍ਹੀ ਬਹੁਤੀ ਗੱਲਬਾਤ ਹੋ ਜਾਵੇ ਉਹ ਵਧੀਆ ਰਹਿੰਦਾ। ਸ਼ੌਂਕੀ ਜੱਟ ਲਿਖਾਇਆ ਉੱਤੇ, ਕਹਿੰਦੇ ਸਿੰਪਲ ਸਟੀਅਰਿੰਗ ਦੇ ਵਿੱਚ ਹੈ, ਅੱਛਾ ਵੇਟ ਲੱਗਿਆ, ਜਿਹੜੇ ਰਿਮ ਹੈ ਉਹ ਬਲੈਕ ਕਰੇ ਹੋਏ ਆ ਜੀ, ਰੰਗ ਮਾਰ ਕੇ ਦੇਖੋ ਬਲੈਕ ਕਰੇ ਹੋਏ ਆ, ਅਤੇ ਜਿਹੜੇ ਵੇਟ ਆ ਉਹ ਲੱਗੇ ਹੋਏ ਨੇ ਬੈਕ ਟਾਇਰਾਂ 'ਤੇ। ਜੇ ਇਹਦੀ ਗੱਲ ਕਰੀਏ ਮਾਡਲ ਦੀ, ਮਾਡਲ ਹੈਗਾ ਜੀ 91, 1,48,000 ਰੁਪਇਆ ਡਿਮਾਂਡ ਹੈ, 6 ਝਰੀ, ਡਬਲ ਕਲੱਚ 6 ਝਰੀ ਹੈਗਾ ਜੀ, ਠੀਕ ਹੈ ਸਵਰਾਜ। ਅਤੇ ਅਗਲੇ ਬੰਨੇ ਫਾਰਮ ਟਰੈਕ ਪੰਜਾਬ ਨੰਬਰ ਆ ਗਿਆ, ਇਹ ਆ ਗਿਆ ਜੀ ਫਾਰਮ ਟਰੈਕ 60, ਅਤੇ ਪੰਜਾਬ ਨੰਬਰ ਹੈ। ਅਤੇ ਜੇ ਗੱਲ ਕਰੀਏ 97 ਮਾਡਲ, 1,72,000 ਰੁਪਇਆ ਡਬਲ ਕਲੱਚ ਹੈ ਜੀ, ਠੀਕ ਹੈ। ਅਤੇ ਅਗਲੀ ਸਾਈਡ ਹੈਗਾ ਜੀ ਪ੍ਰੀਤ 55 ਸਿੰਪਲ ਸਟੀਅਰਿੰਗ ਦੇ ਵਿੱਚ, 9 ਮਾਡਲ, ਅਤੇ ਪੰਜਾਬ ਨੰਬਰ, 2,00,000 ਰੁਪਇਆ ਡਿਮਾਂਡ ਹੈ। ਹੁਣ ਤੁਹਾਨੂੰ ਇੱਕ ਗੱਲ ਦੱਸ ਦਈਏ, ਜਿਵੇਂ ਆਹ 9 ਮਾਡਲ ਹੈ,
ਠੀਕ ਹੈ ਜੀ, ਪ੍ਰੀਤ 5059, ਇਹ ਟਰੈਕਟਰ ਬਹੁਤ ਚੱਲਿਆ ਹੋਇਆ, ਠੀਕ ਹੈ, ਜਿਵੇਂ ਮੈਨੂੰ ਐਂ ਲੱਗਦਾ ਜਾਂ ਬਾਹਰ ਖੜਿਆ ਹੋਇਆ ਟਰੈਕਟਰ। ਅਤੇ ਇਸ ਤੋਂ ਇਲਾਵਾ ਜੇ ਇਹ ਟਰੈਕਟਰ ਦੀ ਗੱਲ ਕਰੀਏ, ਜਿਵੇਂ ਇਹੀ 9 ਮਾਡਲ 'ਚ ਤੁਸੀਂ ਕੋਈ ਹੋਰ ਵੇਖੋਗੇ, ਜਦੋਂ ਕਹੀਦਾ ਨਾ ਵੀ ਸਾਫ਼ ਕੰਡੀਸ਼ਨ 'ਚ, ਲੋਕਾਂ ਨੂੰ ਐਂ ਲੱਗਦਾ ਵੀ ਖਰੇ ਝੂਠ ਹੀ ਮਾਰ ਗਏ ਆ। ਅਤੇ ਪਰ ਆਹ ਹੁਣ 9 ਮਾਡਲ ਦੀ ਕੰਡੀਸ਼ਨ ਦੇਖ ਲਿਆ ਜੀ, ਅਗਾਂ ਮੈਂ ਤੁਹਾਨੂੰ 9 ਮਾਡਲ ਹੋਰ ਵਿਖਾ ਦਿੰਦਾ, ਉਹ ਤੁਸੀਂ ਦੇਖ ਲਿਆ ਜੀ। ਆਹ 9 ਮਾਡਲ ਨੂੰ ਤੁਸੀਂ ਝਾਤ ਹੀ ਮਾਰ ਲਓ, ਇੱਕ ਵਾਰੀ ਮੈਂ ਤੁਹਾਨੂੰ ਮਰਵਾ ਦਿੰਦਾ, 50 ਨੰਬਰ ਹੈ, ਠੀਕ ਹੈ ਜੀ। ਇਹ ਬਾਹਰ ਖੜੇ ਕਰਕੇ ਮੰਨ ਲਓ ਟਰੈਕਟਰਾਂ ਦੀ ਕੋਈ ਕੇਅਰ ਬਹੁਤ ਜ਼ਿਆਦਾ ਕਰਦੇ ਨੇ ਹੱਦੋਂ ਜ਼ਿਆਦਾ। ਅਤੇ 265 ਦਾ ਆ ਗਿਆ, ਅਤੇ 3630 ਆ ਗਿਆ 12 ਮਾਡਲ, ਅਤੇ 3630 ਆ ਗਿਆ ਆਪਣੇ ਕੋਲ, 12 ਮਾਡਲ ਹੀ ਆ ਗਿਆ ਬਈ ਤੇਰੇ ਕਰਮਾਂ ਨੂੰ, ਸਹੀ ਆ। ਗਗਨ ਕੰਪੋਜ ਦਾ ਕਮੈਂਟ ਸੀ, ਨਿਊ ਹੋਲੈਂਡ 3630 12 ਮਾਡਲ ਹੈ, ਅਤੇ 4,75,000 ਰੁਪਇਆ ਡਿਮਾਂਡ ਹੈ, ਅਤੇ ਪਾਵਰ ਸਟੇਅਰਿੰਗ ਹੈ, ਅਤੇ ਜਿਹੜੀ ਕੰਡੀਸ਼ਨ ਹੈ 12+3 ਦੀ ਸਪੀਡ ਹੈ, ਹਾਈ ਲੋ ਮੀਡੀਅਮ। ਜਿਹੜੇ ਟਾਇਰ ਨੇ ਦੇਖ ਸਕਦੇ ਬੇਦਾਗ ਨੇ, ਅਤੇ ਟਾਇਰ ਵੀ ਚੰਗੇ ਪਏ ਹੋਏ ਨੇ, ਠੀਕ ਹੈ ਜੀ। ਅਤੇ ਬਾਈ ਗਗਨ ਤੇਰਾ ਹੁਣੇ ਟਰੈਕਟਰ ਪਹਿਲੀਆਂ 'ਚ ਤੇਰਾ ਹੀ ਆ ਗਿਆ ਅਗਲੇ ਬੰਨੇ, ਅਤੇ ਵੀਡੀਓ ਨੂੰ ਸ਼ੇਅਰ ਕਰ ਦੀ, ਠੀਕ ਹੈ। ਚੰਗੀ ਕੰਡੀਸ਼ਨ ਦਾ ਟਰੈਕਟਰ, ਐਵੇਂ ਆਖੀ, ਰੰਗ ਰੋਗਨ ਦਾ ਸਾਫ਼ ਹੈ, 12 ਮਾਡਲ। ਅਤੇ ਇੱਧਰ ਆ ਗਿਆ ਭੂਮੀ ਪੁੱਤਰ ਮਾਡਲ, ਠੀਕ ਹੈ ਜੀ। ਅਤੇ ਜੇ ਭੂਮੀ ਪੁੱਤਰ ਦੀ ਗੱਲ ਕਰੀਏ, ਇਹ ਹੈਗਾ 8 ਮਾਡਲ। ਹੁਣ ਆਹ 8 ਮਾਡਲ ਖੜਾ, ਉਹ 9 ਮਾਡਲ ਖੜਾ, ਆਹ 8 ਦੀ ਵੱਧ ਕੰਡੀਸ਼ਨ ਪਈ ਹੈ ਸਾਫ਼। ਜਿਹੜੇ ਹੁਣੇ ਮੈਨੂੰ ਵੇਖ ਰਹੇ ਸੀ ਪਹਿਲਾਂ, ਜਿਹੜਾ ਪ੍ਰੀਤ ਵਿਖਾਇਆ ਤੁਹਾਨੂੰ ਟਰੈਕਟਰ, ਹੁਣ ਉਹਦੀ ਸਾਫ਼ ਹੈ ਕਿ ਇਹਦੀ ਕੰਡੀਸ਼ਨ ਸਾਫ਼ ਹੈ, ਤੁਸੀਂ ਆਪ ਕਮੈਂਟ ਕਰ ਦਿਆ ਜੀ। ਅਤੇ ਕਿਉਂਕਿ ਕੇਅਰ ਦੀ ਗੱਲ ਹੁੰਦੀ ਵੀ ਕਿਹੜਾ ਕਿੰਨਾ ਕੁ ਟਰੈਕਟਰ ਨੂੰ ਸਾਂਭਦਾ ਜੀ, ਠੀਕ ਹੈ, ਕੌਣ ਕਿੰਨਾ ਕੁ ਟਰੈਕਟਰ ਨੂੰ ਸਾਂਭਦਾ, ਇਹ ਗੱਲ ਹੁੰਦੀ ਹੁੰਦੀ ਆ। ਹੁਣ ਵੀਰੇ ਜੇ ਬਾਲਾ ਬਾਹਰ ਖਿਲਾਰਦੀ ਟਰੈਕਟਰ ਨੂੰ, ਸਾਰਾ ਖਤਮ ਹੋ ਜਾਂਦਾ ਟਰੈਕਟਰ। ਅਤੇ ਜੇ ਤੱਪੜ ਜਾਂ ਪੱਲੀ ਆਪਣਾ ਉੱਤੇ ਕੱਪੜਾ ਪਾ ਕੇ ਰੱਖੀਏ, ਉਹੀ ਟਰੈਕਟਰ ਸਾਫ਼ ਰਹਿੰਦਾ, ਠੀਕ ਹੈ। ਇਹ ਗੱਲ ਹੁੰਦੀ ਹੈ ਕੇਅਰ ਦੀ ਅਤੇ ਸੰਭਾਲਣ ਦੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿੰਦਾ ਜੀ, 5204, ਅਤੇ ਜੌਂਡੀਅਰ ਡਬਲ ਪਾ ਡਬਲ, ਅਤੇ ਕਲਰ ਸ਼ਿਫਟ 'ਚ ਡਬਲ ਪਾਵਰ, ਠੀਕ ਹੈ ਜੀ। 10 ਮਾਡਲ ਹੈ, 3,63,000, 50 ਨੰਬਰ ਹੈ, ਪਾਵਰ ਸਟੇਅਰਿੰਗ ਹੈ ਜੀ। ਅਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ, ਬੇਦਾਗ ਪੱਕੇ ਟਾਇਰ ਹੈ, ਦੇਖ ਸਕਦੇ ਤੁਸੀਂ, ਬੇਦਾਗ ਪੱਕੇ ਟਾਇਰ ਨੇ, ਅਤੇ 30-40 ਪੈਸੇ ਮਗਰਲੇ ਟਾਇਰ ਹੈ। ਜਿਹੜਾ ਕਾਲੀ ਪੇਟੀ ਵਾਲਾ ਇੰਜਣ ਆਉਂਦਾ ਉਹ ਹੈ ਜੀ। ਅਤੇ ਬਾਈ ਨੰਬਰ ਦੱਸ ਰਹੇ ਨੇ, 5204, ਜੇ ਕਿਸੇ ਨੇ ਲੈਣਾ, ਇਕੱਲਾ 5204 ਵਾਸਤੇ ਆ, ਨੰਬਰ ਦੱਸ ਦਿਓ ਜੀ ਇੱਕ ਵਾਰੀ। 94650 5518। ਜੇ ਕਿਸੇ ਵੀਰ ਨੇ ਲੈਣਾ ਤਾਂ ਨੰਬਰ ਦੱਸਤਾ। ਇਹ ਵੀਰੇ ਜੇ ਗੱਲ ਕਰੀਏ ਕਿਹੜਾ ਏਰੀਆ ਤੁਹਾਨੂੰ ਕਿਹੜਾ ਪੈਂਦਾ? ਬਠਿੰਡਾ ਏਰੀਆ, ਠੀਕ ਹੈ, ਆਕਲੀਆ ਖੁਰਦ, ਗੋਨਿਆਂ ਦੇ ਮੰਡੀ ਕੋਲੇ ਆ, ਅਤੇ ਬਠਿੰਡਾ ਇਹਨਾਂ ਨੂੰ ਡਿਸਟ੍ਰਿਕਟ ਪੈਂਦਾ ਜੀ, ਠੀਕ ਹੈ। ਘਰੇ ਟਰੈਕਟਰ ਹੈ, ਘਰੇ ਘਰੇ ਵਾਇਆ ਹੈ ਨਾ, ਫਸਟ ਓਨਰ ਹੈ ਜੀ, ਸੈਂਕਿੰਡ ਓਨਰ ਹੈ, ਅਤੇ 50 ਨੰਬਰ ਹੈ ਜੀ, ਠੀਕ ਹੈ। ਜੇ ਕਿਸੇ ਵੀਰ ਨੇ ਲੈਣਾ ਨੰਬਰ ਆਪਾਂ ਬੋਲਤਾ, ਅਤੇ ਅਗਲੇ ਬੰਨੇ ਆਪਾਂ ਚੱਲਦੇ ਹੁਣ, 3630 ਵੀ ਵਿਖਾਤਾ ਇੱਧਰ, ਅਤੇ ਇੱਥੋਂ ਆਪਾਂ ਕਿਤੋਂ ਕਰੋਸਿੰਗ ਕਰ ਲੈਂਦੇ ਹਾਂ। ਅਤੇ ਫੋਰਡ 3610 ਆ ਗਿਆ, 3610 ਨਾ ਇਹ ਬਹੁਤ ਘੱਟ ਮੈਂ ਰਾਈਟਰ ਦੇਖਿਆ ਵੈਸੇ, 3610 ਵਿਰਲੇ ਵਾਂਝ ਹੀ ਵੇਖੀ ਦੇ। ਅਤੇ ਜੇ ਗੱਲ ਕਰੀਏ ਇਹਦੀ, 90 ਮਾਡਲ ਹੈ, 1,60,000 ਰੁਪਇਆ ਡਿਮਾਂਡ ਹੈ। ਤਾਂ ਜੇ ਗੱਲ ਕਰੀਏ ਕੰਡੀਸ਼ਨ ਦੀ, ਫਿਰ ਉਹੀ ਗੱਲ ਆ ਜਾਂਦੀ ਹੈ ਵੀ ਪ੍ਰੀਤ ਦੀ ਕੰਡੀਸ਼ਨ ਵੇਖ ਕੇ, ਅਤੇ ਇਹਦੀ ਕੰਡੀਸ਼ਨ ਵੇਖ ਕੇ ਮੈਨੂੰ ਐਂ ਲੱਗਦਾ ਵੀ ਆਹ ਹੀ ਜ਼ਿਆਦਾ ਸਾਂਭਿਆ ਹੋਇਆ। ਟਾਇਰ ਜਮਾਂ ਨਵੇਂ ਨੇ, ਟਾਇਰ ਜਮਾਂ ਨਵੇਂ ਨੇ ਇਹਦੇ। ਆਪਣਾ ਵੀਰੇ ਆਕਾਸ਼ ਦੀ ਵਲੌਗ 16 ਦੇ ਨਾਮ 'ਤੇ ਲਾਈਵ ਚੱਲੀ ਜਾਂਦੇ ਆ ਫੇਸਬੁੱਕ ਦੇ ਉੱਤੇ, ਅਤੇ ਯੂਟਿਊਬ 'ਤੇ ਵੀ ਸੇਮ ਹੈ, ਇੰਸਟਾਗ੍ਰਾਮ 'ਤੇ ਵੀ ਸੇਮ ਹੈ, ਅਤੇ ਫੇਸਬੁੱਕ ਯੂਟਿਊਬ ਅਤੇ ਇੰਸਟਾਗ੍ਰਾਮ ਤੁਹਾਨੂੰ ਦੱਸ ਦਈਏ ਵੀ ਸਾਰਿਆਂ ਦੇ ਉੱਤੇ ਸੇਮ ਹੈ, ਠੀਕ ਹੈ ਜੀ। ਆਪਣਾ ਯੂਟਿਊਬ ਦਾ ਲਿੰਕ ਵੀ ਪਾਤਾ, ਸਾਰੇ ਜਣੇ ਫੋਲੋ ਕਰ ਲਿਆ ਜੀ। ਅਤੇ ਅਗਲੇ ਬੰਨੇ ਸਵਰਾਜ, ਜਿਹੜੇ ਬਾਈ ਦਾ ਹੁਣੇ ਉਹਨੇ ਨੰਬਰ ਦਿੱਤਾ ਸੀ, ਉਸੇ ਬਾਈ ਨੇ ਆਪਣੇ ਤੋਂ ਚੈਨਲ ਦਾ ਨਾਂ ਪੁੱਛਿਆ, ਕਿਉਂਕਿ ਬਈ ਅਗਲੇ ਨੇ ਵੇਖਣੀ ਹੁੰਦੀ ਹੈ ਵੀਡੀਓ।
ਤੇ ਅਗਲੇ ਬੰਨੇ ਸਵਰਾਜ ਆ ਗਿਆ 855 ਕਹਿਤਾ 960 FE 4-star ਸਾਈਡ ਗੇਅਰ ਹਾਈ ਲੋਅ ਦੇ ਨਾਲ ਹੈ, ਹਾਈ ਲੋਅ ਦੇ ਨਾਲ ਹੈ ਤੇ ਡਬਲ ਡਿਸਟ੍ਰੀਬਿਊਟਰ ਹੈ। 1628 ਦੇ ਟਾਇਰ ਨੇ, ਜਿਹੜੇ ਟਾਇਰ ਨੇ ਉਹ ਵੀ ਬੇਦਾਗ ਤੇ ਪੱਕੇ ਟਾਇਰ ਹੈ ਜੀ, ਠੀਕ ਹੈ। ਤੇ ਰਿਵਰਸ PTO ਦੇ ਨਾਲ। ਵੀਡੀਓ ਨੂੰ ਇੱਕ ਵਾਰੀ ਸ਼ੇਅਰ ਕਰ ਦਿਓ। 17 ਮਾਡਲ, 545,000 ਰੁਪਇਆ। ਅੱਛਾ ਬਾਈ, ਕਿਹੜੇ ਕਿਹੜੇ ਏਰੀਏ ਤੋਂ ਮੈਨੂੰ ਦੇਖ ਰਹੇ ਨੇ ਅਤੇ ਕਿਹੜਾ ਕਿਹੜਾ ਟਰੈਕਟਰ ਲੈਣਾ ਉਹ ਕਮੈਂਟ ਕਰ ਦਿਉ ਜੀ। ਅਤੇ ਆਪਾਂ ਜਿਹੜੇ 855 ਦਾ ਆਇਆ ਪਿਆ, 955 ਦਾ ਪ੍ਰੀਤ ਦਾ ਆਇਆ ਪਿਆ, ਬਈ ਮੈਂ ਤੇਰਾ ਕਮੈਂਟ ਸਾਰਿਆਂ ਨਾਲੋਂ ਪਹਿਲਾਂ ਪੜਿਆ, ਤੈਨੂੰ ਜਵਾਬ ਜ਼ਰੂਰ ਦਊਂਗਾ ਜੇ ਪ੍ਰੀਤ ਮੈਨੂੰ ਮਿਲਿਆ ਤਾਂ, ਠੀਕ ਹੈ। ਜਿੰਨੀ ਮੰਡੀ ਹੈ ਮੈਂ ਸਾਰੀ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗਾ ਜਿੱਥੋਂ ਤੱਕ ਮੇਰੇ ਤੋਂ ਲਾਈਵ ਹੋਇਆ। ਸਵਰਾਜ 855 2-star ਪੰਜਾਬ ਨੰਬਰ, 9 ਮਾਡਲ, 355,000 ਰੁਪਇਆ ਡਿਮਾਂਡ। ਅਤੇ ਇਸੇ ਨਾਲ ਅਗਲੇ ਬੰਨੇ ਸੋਨਾ ਲਿਖਾ ਆ ਗਿਆ, ਅਤੇ ਕਿਉਂਕਿ ਵੀਡੀਓ ਦੇ ਨਾਲ ਬਣੇ ਰਿਹਾ ਜੀ, ਆਪਾਂ ਥੋੜ੍ਹਾ ਜਿਹਾ ਕਮੈਂਟ ਦਾ ਮਾੜ ਆਇਆ, ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਇੱਕ ਵਾਰੀ, ਅਤੇ ਕਿਉਂਕਿ ਬੋਲ ਬੋਲ ਕੇ ਬੰਦਾ ਨਾ ਥੋੜ੍ਹਾ ਜਿਹਾ ਬੋਰ ਹੋ ਜਾਂਦਾ, ਬਈ ਕਿਹੜੇ ਕਿਹੜੇ ਏਰੀਏ ਤੋਂ ਦੇਖ ਰਹੇ ਜੀ ਇਹ ਜ਼ਰੂਰ ਕਮੈਂਟ ਕਰ ਦਿਆ ਜੀ, ਠੀਕ ਹੈ ਜੀ। ਕਿਹੜੇ ਕਿਹੜੇ ਏਰੀਏ ਤੱਕ ਆਪਣੀ ਵੀਡੀਓ ਜਾ ਰਹੀ ਆ। ਹੈਲੋ ਹਰਮਨ, ਹਾਂਜੀ ਹਾਂਜੀ ਵੀਰੇ, ਤੇਰਾ ਅੱਗੇ ਵੀ ਹੈਲੋ ਦਾ ਕਮੈਂਟ ਮੈਨੂੰ ਲੱਗਦਾ ਆਇਆ ਉੱਤੇ ਕਿ ਹੁਣ ਹੀ ਕੀਤਾ। ਹਰਮਨ ਹਾਂਜੀ ਦੱਸੋ ਬਈ ਕੀ ਹਾਲ ਚਾਲ ਨੇ। ਹਾਂਜੀ ਬਈ, 855 ਸਵਰਾਜ, ਬਈ ਸਵਰਾਜ ਆ ਹੁਣੇ ਮੈਂ ਦਿਖਾਇਆ, ਦੁਬਾਰਾ ਫਿਰ ਦੱਸ ਦਿੰਦਾ, 55 ਨੰਬਰ ਹੈ, 22C, ਠੀਕ ਹੈ। ਅਤੇ 9 ਮਾਡਲ, 355 ਸਿੰਪਲ ਸਟੀਅਰਿੰਗ। ਕਿੰਨਾ ਮਾਡਲ ਵੇਖਣਾ ਚਾਹੁੰਦੇ ਜੇ ਕਮੈਂਟ ਕਰ ਦਿਉ, ਜਾਂ ਅਤੇ ਜਾਂ ਤੁਸੀਂ ਮੈਨੂੰ ਦੱਸ ਦਿਉ ਇੱਕ ਵਾਰੀ ਦੁਬਾਰਾ। ਵੀਡੀਓ ਨੂੰ ਸ਼ੇਅਰ ਕਰ ਦਿਉ ਜਿਹੜੇ ਵੱਧ ਤੋਂ ਵੱਧ। ਮਹਿੰਦਰਾ ਹਰਮਨ ਦਾ ਕਮੈਂਟ ਆ ਗਿਆ, ਮਹਿੰਦਰਾ ਦਾ, ਬਈ ਮਹਿੰਦਰਾ ਵੀ ਵਿਖਾ ਦਿੰਦੇ ਹਾਂ, ਕੋਈ ਨਹੀਂ ਕੋਈ ਚੱਕਰ ਨਹੀਂ। ਮਹਿੰਦਰਾ ਅਰਜਨ, ਅਰਜਨ ਅਰਜਨ ਵਿਖਾਉਣਾ ਮਹਿੰਦਰਾ ਦਾ ਕਿ ਕੋਈ ਹੋਰ ਦਿਖਾਉਣਾ, ਬਈ ਕਮੈਂਟ ਕਰ ਦਿਉ ਇੱਕ ਵਾਰੀ ਆਪਾਂ, ਅਤੇ ਪੂਰਾ ਵੀਡੀਓ ਨੂੰ ਸ਼ੇਅਰ ਕਰ ਦਿਉ, ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਇੱਕ ਵਾਰੀ ਲਾਈਕ ਕਰ ਦਿਉ ਵੀਡੀਓ ਨੂੰ, ਜੋ ਕਿ ਆਪਣੇ ਸਾਰੇ ਵੀਰ ਭਰਾ ਜਿਹੜੇ ਜੁੜ ਸਕਣ, ਇਹ ਹੁੰਦਾ ਵੀ ਜਦੋਂ ਸਾਰੇ ਜਾਣੇ ਜੁੜੇ ਹੋਣਗੇ। ਵਧੀਆ ਨਿਊ ਮਾਡਲ, ਮਹਿੰਦਰਾ ਨਿਊ ਮਾਡਲ, ਠੀਕ ਹੈ ਵੀਰੇ, ਸਮਝ ਗਿਆ ਮੈਂ। ਅਤੇ ਜਿਹੜਾ ਤੁਸੀਂ ਕਹਿ ਰਹੇ ਜੇ ਆਪਣੇ ਜਿਹੜੇ ਨਵੇਂ ਆਏ ਆ 265 475 ਹੈ ਨਾ ਬਈ, ਉਹ ਹੀ ਕਹਿ ਰਹੇ ਜੇ। ਅਤੇ ਬਈ ਕਮੈਂਟ ਡਿਲੀਟ ਕਰਤਾ, ਅਤੇ ਸਾਰੇ ਜਣੇ ਲਾਈਕ ਕਰ ਦਿਓ, ਕਿਹੜਾ ਕਿਹੜਾ ਰਾਈਟਰ ਦੇਖਣਾ ਚਾਹੁੰਦੇ ਜੇ ਵਿਖਾਈ ਚੱਲਦੇ ਹਾਂ। ਅਤੇ ਸੋਨਾ ਲਿਕਾ ਪੰਜਾਬ ਨੰਬਰ ਆ ਗਿਆ ਜੀ ਆਪਣੇ ਅਗਲੇ ਬੰਨੇ, ਠੀਕ ਹੈ ਜੀ। ਅਤੇ 750 ਪੁਰਾਣਾ ਮਾਡਲ ਹੈ ਜੀ, ਸਿੰਪਲ ਸਟੀਅਰਿੰਗ, ਟਾਇਰ ਚੰਗੇ ਨੇ। ਜੇ ਗੱਲ ਕਰੀਏ ਟਾਇਰਾਂ ਦੀ, ਇਹ ਹੈਗਾ ਜੀ 4 ਮਾਡਲ, 260 ਡਿਮਾਂਡ ਆ। ਬਾਕੀ ਇਹ ਕੋਈ ਪ੍ਰਾਈਜ਼ ਹੈ ਨਾ ਜਿਹੜਾ ਫਿਕਸ ਨਹੀਂ ਹੁੰਦਾ, ਕਦੇ ਵੀ ਵੇਖ ਲਿਆ ਜੇ, ਇਹ ਪ੍ਰਾਈਜ਼ ਹੈ ਨਾ ਜਿਹੜਾ ਫਿਕਸ ਨਹੀਂ ਹੁੰਦਾ ਜੀ, ਠੀਕ ਹੈ। ਇਹ ਘਾਟੇ ਵਾਧੇ ਹੁੰਦੇ ਰਹਿੰਦੇ ਹੁੰਦੇ ਨੇ ਮੌਕੇ 'ਤੇ, ਮੌਕੇ 'ਤੇ। ਅਤੇ ਜਿਹੜਾ ਸੈਂਟਰ ਸਾਈਡ ਗੇਅਰ ਹੈ ਜੀ, ਇਹ ਇਹ ਜਿਹੜਾ ਮਾਡਲ ਆਇਆ ਸਾਈਡ ਗੇਅਰ ਦੇ ਵਿੱਚ ਆਇਆ, ਠੀਕ ਹੈ। ਦੇਖ ਸਕਦੇ ਜਿਹੜੀ ਕੰਡੀਸ਼ਨ ਹੈ ਤੁਹਾਨੂੰ ਲੱਗ ਗਿਆ ਹੁਣ, ਬਹੁਤ ਸਾਫ਼ ਪਿਆ ਟਾਈਟਰ, ਐਵੇਂ ਦੀ ਗੱਲ ਨਹੀਂ ਹੈ ਟਾਈਟਰ। ਪੁਰਾਣੇ ਮਾਡਲ ਵੀ ਕਈ ਸਾਫ਼ ਪਏ ਨੇ, ਵੇਖੋ ਹਾਂਡੀ ਵਗੈਰਾ ਦੇਖੋ ਜੀ, ਇੱਕਦਮ ਸਾਫ਼ ਹੈ। ਅਤੇ ਪੂਰਾ ਵਧੀਆ ਟਰੈਕਟਰ, ਸੋਹਣਾ, ਜਿਹਨੂੰ ਕਹਿੰਦੇ ਨੇ 4 ਮਾਡਲ ਲਈ, 260 ਡਿਮਾਂਡ ਹੈ, ਪੰਜਾਬ ਨੰਬਰ ਹੈ। ਫਾਰਮ ਟਰੈਕ ਆ ਗਿਆ 3602 ਵਾਲਾ ਦਿਖਾਓ ਬਾਈ, ਓਲੈਂਡ ਫਾਰਮ 60, ਹਾਂ ਠੀਕ ਹੈ ਵੀਰੇ। ਮਹਿੰਦਰਾ ਮੈਨੂੰ ਤੇਰਾ ਸਮਝ ਆ ਗਿਆ, ਉਹ ਲਾਸਟ 'ਤੇ ਖੜੇ ਨੇ, ਦੋ ਇਕੱਠੇ ਖੜੇ ਨੇ, ਮੈਂ ਉੱਥੇ ਚੱਲ ਜੂੰਗਾ ਵਿਖਾਉਂਦਾ ਵਿਖਾਉਂਦਾ, ਬਈ ਵੇਂਦਾ ਰਹੀ, ਠੀਕ ਹੈ।
ਜਿਵੇਂ ਮੈਨੂੰ ਮੰਡੀ 'ਚ ਮੈਂ ਪਹਿਲਾਂ ਘੁੰਮਿਆ, ਮੈਨੂੰ ਯਾਦ ਨੇ ਜਿਹੜੇ ਟਰੈਕਟਰ ਉਵੇਂ ਉਵੇਂ ਫਾਰਮ 60 ਬਾਈ ਵਿਖਾਉਂਦੇ, ਫਾਰਮ 45 ਆ ਗਿਆ ਆਪਣੇ ਅੱਗੇ, ਠੀਕ ਹੈ, 98 ਮਾਡਲ, 1,32,000 ਰੁਪਇਆ ਡਿਮਾਂਡ ਹੈ, ਠੀਕ ਹੈ, ਅਤੇ ਆਪਾਂ ਚੱਲਦੇ ਹਾਂ ਕਾਹਨੂੰ ਅਤੇ ਵਿਖਾਉਂਦੇ ਜਾਂਦੇ ਤੁਹਾਨੂੰ ਉਸੇ ਡਬਲ ਡਿਸਟ੍ਰੀਬਿਊਟਰ ਦਾ ਆ ਗਿਆ ਸੋਨਾਲੀਕਾ 750 HDM ਅਤੇ ਇੰਟਰਨੈਸ਼ਨਲ ਵਾਲਾ, ਇੰਟਰਨੈਸ਼ਨਲ 18 ਮਾਡਲ, 4,75,000 ਰੁਪਇਆ ਡਿਮਾਂਡ, ਟਾਇਰ ਵਧੀਆ, ਓਇਲ ਬ੍ਰੇਕ ਹੈ, ਡਬਲ ਡਿਸਟ੍ਰੀਬਿਊਟਰ ਹੈ, ਸਵਰਾਜ 855 4-star ਰਿਵਰਸ PTO 14 ਮਾਡਲ ਹੈ ਅਤੇ 4,85,000 ਰੁਪਏ ਡਿਮਾਂਡ, ਪਾਵਰ ਸਟੇਅਰਿੰਗ ਹੈ ਇੱਥੇ ਤੱਕ ਕਿ ਵਧੀਆ ਟਾਇਰ ਹੈ, ਚੰਗੀ ਕੰਡੀਸ਼ਨ ਪਈ ਟਾਇਰਾਂ ਦੀ। ਹੁਣ ਵੀਡੀਓ ਨੂੰ ਸ਼ੇਅਰ ਕਰੀ ਚੱਲੇ ਕਿਉਂਕਿ ਲਗਾਤਾਰ ਆਪਾਂ ਟਰੈਕਟਰ ਬੋਲਦੇ ਚੱਲਣਾ ਅਤੇ ਚੀਜ਼ ਵਿਖਾਉਂਦੇ ਚੱਲਣਾ ਜੀ, ਠੀਕ ਹੈ। ਅਤੇ 3630 ਆ ਗਿਆ ਪਲੱਸ ਵਾਲਾ ਮਾਡਲ, ਸਿੰਪਲ ਸਟੇਅਰਿੰਗ ਹੈ, TX ਮਾਡਲ ਹੈ। ਜੇ ਗੱਲ ਕਰੀਏ 4 ਮਾਡਲ, 2,75,000 ਰੁਪਇਆ ਡਿਮਾਂਡ, 735 FE ਮਾਡਲ, ਸਿੰਪਲ ਸਟੇਅਰਿੰਗ ਸਵਰਾਜ, 95 ਮਾਡਲ, 1,25,000 ਰੁਪਇਆ ਡਿਮਾਂਡ। 3630 ਆ ਗਿਆ ਸਿੰਪਲ ਸਟੇਅਰਿੰਗ 7 ਮਾਡਲ ਅਤੇ 3,45,000 ਰੁਪਇਆ ਡਿਮਾਂਡ, ਅਤੇ ਟਾਇਰ ਜਮ੍ਹਾਂ ਨਵੇਂ ਨੇ, ਸੈਂਟਰ ਗੇਅਰ ਹੈ ਜੀ, ਠੀਕ ਹੈ, ਸਿੰਪਲ ਸਟੇਅਰਿੰਗ ਦੇ ਵਿੱਚ ਸੈਂਟਰ ਗੇਅਰ ਹੈ ਜੀ। ਅਤੇ ਅਗਲੇ ਬੰਨੇ ਸਵਰਾਜ 735, ਇਹ ਹੈਗਾ ਜੀ ਸਿੰਪਲ ਸਟੇਅਰਿੰਗ ਹੈ। ਜੇ ਮਾਡਲ ਗੱਲ ਕਰੀਏ 50 ਨੰਬਰ, 97 ਮਾਡਲ ਹੈ ਅਤੇ 1,25,000 ਰੁਪਇਆ ਡਿਮਾਂਡ, ਦੇ ਸਕਦੇ ਕੰਡੀਸ਼ਨ। ਅਤੇ ਅਗਲੇ ਬੰਨੇ ਚੱਲਦੇ ਹਾਂ ਆਪਣਾ ਸਵਰਾਜ ਦੇ, 735 FE ਮਾਡਲ ਹੈ, ਸਿੰਪਲ ਸਟੇਅਰਿੰਗ ਹੈ ਅਤੇ 93 ਮਾਡਲ ਹੈ, 1,30,000 ਰੁਪਇਆ ਡਿਮਾਂਡ ਹੈ। ਫਾਰਮ ਟਰੈਕ 60 ਦਾ ਜਿਹੜਾ ਕਮੈਂਟ ਸੀ ਉਹ ਆ ਗਏ ਬਈ, ਫਾਰਮ 60 ਆ ਗਿਆ, ਸਿੰਪਲ ਸਟੇਅਰਿੰਗ ਦੇ ਵਿੱਚ 50 ਨੰਬਰ ਹੈ, 7 ਮਾਡਲ ਹੈ ਅਤੇ 2,60,000 ਰੁਪਇਆ ਡਿਮਾਂਡ ਹੈ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਬੇਦਾਗ ਅਤੇ ਪੱਕੇ ਟਾਇਰ ਹੈ ਜੀ, ਦੇਖ ਸਕਦੇ ਰੰਗ ਰੁੰਗ ਦਾ ਬਿਲਕੁਲ ਸਾਫ਼ ਪਿਆ, ਦੇਖ ਸਕਦੇ ਜੀ। ਅਤੇ ਅਗਲੇ ਬੰਨੇ ਸਵਰਾਜ 960 ਆ ਗਿਆ, 5-star ਉਤਲੇ ਬੰਨੇ, ਛਤਰੀ ਲੱਗੀ, ਐਂਪ ਲੱਗਾ, 50 ਨੰਬਰ ਹੈ, 17 ਮਾਡਲ ਹੈ, 5,45,000 ਰੁਪਇਆ ਡਿਮਾਂਡ ਹੈ ਅਤੇ ਵਧੀਆ ਚੰਗੇ ਨਵੇਂ ਟਾਇਰ ਹੈ ਜੀ, ਸਾਈਡ ਗੇਅਰ ਸੈਂਟਰ ਗੇਅਰ ਦੇ ਨਾਲ, ਸੋਰੀ, ਦੇ ਸਕਦੇ ਕੰਡੀਸ਼ਨ ਬਿਲਕੁਲ ਬੇਦਾਗ ਅਤੇ ਵਧੀਆ ਕੰਡੀਸ਼ਨ 'ਚ ਪਿਆ। ਸਵਰਾਜ 855 ਓਲਡ ਮਾਡਲ ਆ ਗਿਆ ਜੀ, 50 ਨੰਬਰ ਹੈ, 93 ਮਾਡਲ ਹੈ, 1,40,000 ਰੁਪਇਆ ਡਿਮਾਂਡ ਹੈ, ਸਿੰਪਲ ਸਟੇਅਰਿੰਗ ਹੈ ਜੀ। ਅਤੇ ACE 450 ਇਹ ਹੈਗਾ 12 ਮਾਡਲ, 2,55,000 ਰੁਪਇਆ ਡਿਮਾਂਡ ਹੈ। ਇੱਧਰ ਟਰਾਲੀਆਂ ਸ਼ੁਰੂ ਹੋ ਜਾਂਦੀਆਂ ਜੀ, ਇਹ ਹੈਗੀ ਹੈ ਜੀ ਡੈਂਪਰਲ ਟਰਾਲੀ, 1,30,000 ਰੁਪਇਆ ਵਿੱਡ ਸਾਰਾ ਨਾਲ ਹੈ, ਅਤੇ ਦੇਖ ਸਕਦੇ ਜੀ ਆਹ ਵੀ ਟਰਾਲੀ ਜਾਲੀ ਵਾਲੀ ਆ ਗਈ, ਸਾਰਾ ਵਿੱਡ ਕੰਪਲੀਟ ਨਾਲ ਹੈ, 1,40,000, ਇਹ ਵੀ ਡੈਂਪਰ ਵਾਲੀ ਆ। ਸਵਰਾਜ 855 ਰਿਵਰਸ PTO ਦੇ ਨਾਲ, 21 ਮਾਡਲ, 2,680,000 ਰੁਪਇਆ ਡਿਮਾਂਡ। ਅਗਲੇ ਬੰਨੇ ਅਰਜਨ 555, 50 ਨੰਬਰ ਹੈ, ਇਹ ਹੈਗਾ 16 ਮਾਡਲ ਹੈ, 4,85,000 ਰੁਪਇਆ ਡਿਮਾਂਡ। 265 DI ਮਹਿੰਦਰਾ, ਇਹ ਹੈਗਾ 98 ਮਾਡਲ, 1,68,000 ਰੁਪਇਆ ਡਿਮਾਂਡ। ਇਸ ਤੋਂ ਇਲਾਵਾ 3630 ਦੀ ਜੇ ਗੱਲ ਕਰੀਏ ਤਾਂ 4 ਮਾਡਲ ਹੈ, 3,60,000 ਰੁਪਇਆ ਡਿਮਾਂਡ ਹੈ, ਅਤੇ ਆਹ ਤੁਸੀਂ ਦੇਖ ਸਕਦੇ 265 DI ਮਹਿੰਦਰਾ ਪਾਵਰ ਸਟੇਅਰਿੰਗ ਵਾਲਾ ਆ ਗਿਆ, ਭੂਮੀ ਪੁੱਤਰ ਮਾਡਲ, 21 ਮਾਡਲ, 4,45,000 ਰੁਪਇਆ ਡਿਮਾਂਡ ਆ ਗਿਆ ਜੀ, ਨਵਾਂ ਸਵਰਾਜ 855। ਜਿਹੜੇ ਲੋਕਾਂ ਦਾ ਸ਼ੌਂਕ ਹੈ ਨਾ ਉਹ ਇੱਥੇ ਆਇਆ ਖੜਾ, ਅਤੇ ਆ ਗਿਆ ਜੀ ਨਵਾਂ ਜਮਾਂ ਨਵਾਂ, ਦੇਖ ਸਕਦੇ ਜੀ 23 ਮਾਡਲ, 8,50,000 ਰੁਪਇਆ ਡਿਮਾਂਡ ਹੈ, ਅਤੇ ਦੇਖ ਸਕਦੇ ਜੀ ਕੁਛ ਵੀ ਨਹੀਂ ਚੱਲਿਆ। ਅਤੇ ਮੋਬਾਈਲ ਨੰਬਰ ਭੇਜੀਏ, ਆਹ ਦੇਖ ਸਕਦੇ ਫੁਲਕਾਰੀ ਪੈ ਕੇ ਆ ਗਿਆ ਜੀ ਉੱਤੇ, ਠੀਕ ਹੈ, 15 ਸਪੀਡ ABC ਗੇਅਰਾਂ ਵਾਲਾ, ਅਤੇ ਅਰਜਨ 605-9 ਵਾਲਾ ਆ ਗਿਆ, ਅਤੇ 21 ਮਾਡਲ, 745 ਡਿਮਾਂਡ ਹੈ, ਪਾਵਰ ਸਟੇਅਰਿੰਗ ਹੈ ਜੀ, ਇਹ ਵੀ ਨਵਾਂ ਹੀ ਆ ਜਮਾਂ ਨਵੇਂ ਨਵੇਂ ਕੋਕੇ ਕੋਕੇ ਪੀਸ ਆ ਗਏ ਜੀ ਇੱਥੇ, ਠੀਕ ਹੈ। ਅਤੇ ਆ ਦੇਖ ਲਓ ਫੱਟੀ ਤੋਂ ਅਜੇ ਨਵੀਂ ਫੱਟੀ ਆ, ਅਤੇ ਜਮਾਂ ਬਿਲਕੁਲ ਆਹ ਵੇਖੋ, ਆਹ PTO ਦਾ ਹਜੇ ਕਵਰ ਨਹੀਂ ਉਤਰਿਆ, ਇਹ ਨਵਿਆਂ ਦੀ ਨਿਸ਼ਾਨੀ ਆ, ਠੀਕ ਹੈ।
ਆਹ ਥੋੜ੍ਹਾ ਬਹੁਤ ਮੰਨ ਲਓ ਕਿੰਨਾ ਕੁ ਚੱਲਿਆ, ਡਬਲ ਡਿਸਟ੍ਰੀਬਿਊਟਰ ਹੈ, ਤੇਲ ਬ੍ਰੇਕ ਹੈ, ਰੰਗ ਵਗੈਰਾ ਵੇਖ ਸਕਦੇ ਤੁਸੀਂ। ਅਤੇ ਸਵਰਾਜ 855 ਆ ਗਿਆ ਟਮਾਟਰੀ ਕਲਰ, ਅਤੇ ਸਿੰਪਲ ਸਟੇਅਰਿੰਗ ਦੇ ਵਿੱਚ ਹੈ, 50 ਨੰਬਰ ਹੈ, ਇੱਕ ਮਾਡਲ ਹੈ, 2.5 ਲੱਖ ਰੁਪਇਆ ਡਿਮਾਂਡ ਹੈ। ਅਗਲੇ ਬੰਨੇ ਏਸੀ ਕੈਬਿਨ ਆ ਗਿਆ ਜੀ, ਏਸੀ ਕੈਬਿਨ ਵੀ ਆ ਗਿਆ, ਨਿਊ ਹੋਲੈਂਡ 6500 ਟਰਬੋ ਸੁਪਰ ਵਾਲਾ ਮਾਡਲ ਹੈ। ਜੇ ਗੱਲ ਕਰੀਏ 17 ਮਾਡਲ ਹੈ, 5 ਲੱਖ ਅਤੇ 85,000 ਰੁਪਇਆ, 3 ਸਪੀਡ ਹੈ, ABC ਗੇਅਰ ਹੈ, ਅਤੇ ਜਿਹੜਾ ਆਪਣਾ ਹੈਗਾ ਕੀ ਕਹਿੰਦੇ ਨੇ ਇਹਨੂੰ ਕੈਬਿਨ ਹੈ, ਏਸੀ ਕੈਬਿਨ ਹੈ, ਏਸੀ ਕੈਬਿਨ ਦੇ ਸਕਦੇ ਜੀ। ਏਸੀ ਕੈਬਿਨ ਦੇ ਇੱਕ ਤਾਹ ਲੱਗਾ ਹੁੰਦਾ, ਠੀਕ ਹੈ ਜੀ, ਵੀ ਕੂਲਿੰਗ ਵਾਸਤੇ। ਬਾਕੀ ਤੁਸੀਂ ਦੇਖ ਸਕਦੇ ਟਾਇਰ ਬਿਲਕੁਲ ਬੇਦਾਗ ਅਤੇ ਪੱਕੇ ਟਾਇਰ ਹੈ। ਲੋਅ ਪ੍ਰਾਈਜ਼ ਮਹਿੰਦਰਾ ਐਨੀ ਮਾਡਲ, ਠੀਕ ਹੈ ਬਈ, ਉਹ ਵੀ ਵਿਖਾ ਦਾਂਗੇ ਬਈ ਮਹਿੰਦਰਾ ਦੇ ਲੋਅ ਪ੍ਰਾਈਜ਼ ਐਨੀ ਮਾਡਲ। ਅਗਲੇ ਬੰਨੇ ਟਰਾਲੀ ਆ ਗਈ, ਜੇ ਗੱਲ ਕਰੀਏ ਟਰਾਲੀ ਦੀ, ਸਿੰਪਲ ਗਾਟੇ ਦੀ ਆ, 1,37,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਜੇ ਇਹ ਹੈਗੀ ਹੈ ਕੰਡਿਆਂ ਵਾਲੇ ਰਿੰਮ ਨੇ, ਅਤੇ 8 ਨਟੀ ਹੱਬ, ਅਤੇ ਅਗਲੇ ਬੰਨੇ 8 ਨਟੀ ਹੱਬ ਕੜਿਆਂ ਵਾਲੇ ਰਿੰਮ। ਅਤੇ ਜੇ ਇਹਦੀ ਗੱਲ ਕਰੀਏ 1,34,000, ਇਹੀ ਨਵੀਆਂ ਟਰਾਲੀਆਂ ਨੇ, ਆਹ ਡਬਲ ਚਾਸੀ ਜਾ ਗਈ, MC ਦੀ ਚਾਸੀ ਹੋ ਗਈ ਜਾਂ ਬੰਸਲ ਦੀ, ਠੀਕ ਹੈ ਜੀ, ਆਹ ਫੰਕਸ਼ਨ ਹੋਏਗਾ, ਠੀਕ ਹੈ, ਵਿੱਚ ਤੁਸੀਂ ਮਨ ਲੋਕ ਕਰ ਸਕਦੇ ਜੀ 1,39,000 ਰੁਪਇਆ, ਠੀਕ ਹੈ ਜੀ। ਅਤੇ 8 ਨਟੀ 10 ਨਟੀ ਹੱਬ ਹੋਏਗੀ, 10 ਨਟੀ 'ਚ ਹੁੰਦਾ ਡਬਲ ਟਾਇਰ ਐਡਜਸਟ ਹੋ ਜਾਂਦਾ ਜੀ, 8 ਨਟੀ 'ਚ ਸਿੰਗਲ ਟਾਇਰ ਰਹਿ ਜਾਂਦਾ। ਅਤੇ ਇਸ ਤੋਂ ਇਲਾਵਾ ਆਪਾਂ ਚੱਲਦੇ ਹਾਂ ਅਗਲੇ ਬੰਨੇ, ਫੁਲਕਾਰੀਆਂ ਪੇ ਟਰੈਕਟਰ ਤੁਹਾਨੂੰ ਇੱਥੇ ਮਿਲ ਜਾਣਗੇ, ਨਵੇਂ ਤੋਂ ਨਵਾਂ ਮਾਡਲ, ਲੋਅ ਪ੍ਰਾਈਜ਼ ਵੀਰੇ ਵਿਖਾਉਣੇ ਆ, ਸਭ ਹੀ ਵਿਖਾਉਣੇ ਨੇ। ਅਤੇ ਆਹ ਅਗਲੇ ਬੰਨੇ ਆ ਗਿਆ ਇੱਕ ਟਰੈਕਟਰ, ਕਿਹੜਾ ਆ ਗਿਆ, ਆਇਸ਼ਰ ਹੈਗੇ, ਇਹ ਆ ਗਿਆ ਆਇਸ਼ਰ ਆ ਗਿਆ ਨਵਾਂ, ਰਾਜਸਥਾਨ ਨੰਬਰ ਆ ਗਿਆ 551, ਇਹ ਹੈਗਾ 5 ਸਟਾਰ, ਠੀਕ ਹੈ ਜੀ, ਪਾਵਰ ਸਟੇਅਰਿੰਗ ਹੈ, ਇਹ ਹੈਗਾ 6,25,022 ਮਾਡਲ, ਠੀਕ ਹੈ। ਆਹ ਮਾਡਲ ਦੇ ਵਿੱਚ ਮੈਂ ਕਦੇ ਨਹੀਂ ਟਰੈਕਟਰ ਦੇਖਿਆ, ਨਾ ਹੀ ਤੁਸੀਂ ਦੇਖਿਆ ਹੋਣਾ ਜਿਹੜੇ ਮੇਰੇ ਨਾਲ ਪੁਰਾਣੇ ਜੁੜੇ ਹੋਏ ਨੇ, ਆਹ ਰੰਗ ਦੇ ਵਿੱਚ ਨਹੀਂ ਦੇਖਿਆ ਹਜੇ ਤੱਕ, ਨਾ ਹੀ ਆਹ ਸ਼ੋਅ 'ਚ ਵੇਖਿਆ। ਅਤੇ ਲੋਅ ਪ੍ਰਾਈਜ਼ ਮਹਿੰਦਰਾ ਐਨੀ ਮਾਡਲ ਬਈ, ਸਾਰੇ ਟਰੈਕਟਰ ਵਿਖਾ ਕੇ ਜਾਵਾਂਗਾ ਜਿੰਨੇ ਵੀ ਵਿਖਾਏ ਗਏ, ਲਾਈਵ 'ਚ ਜੁੜੇ ਰਿਹਾ ਜੀ, ਠੀਕ ਹੈ। ਅਤੇ ਕੋਸ਼ਿਸ਼ ਇਹੀ ਰਹਿੰਦੀ ਹੈ ਮੇਰੀ ਹਮੇਸ਼ਾ ਹੀ ਵੀ ਵੱਧ ਤੋਂ ਵੱਧ ਮੈਂ ਟਰੈਕਟਰ ਦਿਖਾਵਾਂ, ਠੀਕ ਹੈ। ਅਤੇ ਸ਼ਾਇਦ ਮੈਨੂੰ ਇੱਕ ਵਾਰੀ ਲਾਈਵ ਕੱਟਣਾ ਪੈ ਜੇ ਹੁਣ, ਅਤੇ ਜੁੜਿਆ ਜੇ ਨਾਲ, ਤਾਂ ਮਹਿੰਦਰਾ ਖੜ੍ਹੇ 265 ਤੁਹਾਨੂੰ ਵਿਖਾਉਂਦੇ ਹਾਂ, ਲੋਅ ਪ੍ਰਾਈਜ਼ 265 ਆ ਗਿਆ DI। ਜੇ ਗੱਲ ਕਰੀਏ DI ਦੀ, ਇਹ ਹੈਗਾ 2000 ਮਾਡਲ, 2,000 ਮਾਡਲ ਹੈ, ਅਤੇ 1,95,000 ਰੁਪਇਆ ਡਿਮਾਂਡ ਹੈ। ਬਾਕੀ ਮੌਕੇ 'ਤੇ ਸਾਰਾ ਘਾਟਾ ਵਾਧਾ ਹੁੰਦਾ ਜੀ। 265 DI ਆ ਗਿਆ, 3 ਮਾਡਲ, 1,98,000 ਰੁਪਇਆ ਡਿਮਾਂਡ ਹੈ। ਅਤੇ ਫਾਰਮ ਟਰੈਕ 60, ਇਹ ਆ ਗਿਆ 60, 2002 ਮਾਡਲ, 2,40,000 ਰੁਪਇਆ ਡਿਮਾਂਡ ਹੈ, ਹਰਿਆਣਾ ਨੰਬਰ ਹੈ, ਠੀਕ ਹੈ, ਹਰਿਆਣਾ ਨੰਬਰ। ਅਤੇ ਫਾਰਮ ਟਰੈਕ 42, 595, ਹਾਂ ਬਈ, ਠੀਕ ਹੈ, ਮਹਿੰਦਰਾ ਦਾ ਹੈ ਨਾ ਬਾਈ, ਜ਼ਰੂਰ ਦੱਸਾਂਗੇ। ਅਤੇ ਆਪਾਂ ਚੱਲਦੇ ਹਾਂ ਗਾ ਥੋੜ੍ਹਾ ਜਿਹਾ, ਵੀਡੀਓ ਨੂੰ ਬਾਈ ਸ਼ੇਅਰ ਕਰ ਦਿਆ ਜੀ। ਆਹ ਆਲੂ ਪੱਟਣ ਵਾਲੀ ਮਸ਼ੀਨ ਹੈ ਮੈਨੂੰ, ਹਾਂ ਆਲੂ ਪੱਟਣ ਵਾਲੀ ਮਸ਼ੀਨ ਹੈ ਬਾਈ, ਬਾਹਲਾ ਨਹੀਂ ਮੈਨੂੰ ਐਕਸਪੀਰੀਅੰਸ ਚੀਜ਼ ਬਾਰੇ, ਚੱਲ ਮੈਂ ਤੁਹਾਨੂੰ ਦੱਸ ਦਿੰਦਾ। ਆਹ ਵੀ ਆ ਗਈ ਇੱਥੇ ਵੇਖ ਲਓ, ਟਰਾਲੀਆਂ ਵੀ ਆਉਂਦੀਆਂ ਸੀ, ਟਰੈਕਟਰ ਵੀ ਆਉਂਦੇ ਸੀ, ਮਸ਼ੀਨਾਂ ਵੀ ਆਉਂਦੀਆਂ ਸੀ, ਹੁਣ ਆਲੂ ਪੱਟਣ ਵਾਲੀ ਮਸ਼ੀਨ ਵੀ ਆ ਗਈ, ਡਰੰਮ ਵੀ ਆਉਂਦੇ ਹੁੰਦੇ ਸੀ ਸਪਰੇ ਵਾਲੇ ਸੀਜ਼ਨ ਦੇ ਹਿਸਾਬ 'ਤੇ। ਇਹ ਹੈਗਾ ਰੇਟ ਹੈਗਾ 68,000 ਰੁਪਇਆ, ਠੀਕ ਹੈ, ਦੇਖ ਸਕਦੇ ਤੁਸੀਂ। ਇਹ ਮੇਰੇ ਹਿਸਾਬ 'ਤੇ 2 ਵੱਟਾਂ ਲੈ ਜਾਂਦੀ ਹੈ, ਪੱਟ ਕੇ 2 ਵੱਟਾਂ ਪੱਟ ਕੇ ਲੈ ਜਾਂਦੀ, ਠੀਕ ਹੈ। ਆ ਗਿਆ ਜੀ ਸੋਨਾਲੀਕਾ ਆ ਗਿਆ, ਸੋਰੀ ਇਹ ਨਹੀਂ, ਇਹ 3 ਮਾਡਲ, 1,45,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਸ਼ੋ ਸ਼ੂ ਲੱਥੀ ਹੋਈ ਆ, ਰੰਗ ਵਗੈਰਾ ਤੁਹਾਨੂੰ ਲਾਗੇ ਵਿਖਾ ਦਿੰਦੇ ਹਾਂ, ਇੰਜਨ ਵਗੈਰਾ ਦੇਖ ਸਕਦੇ ਤੁਸੀਂ, ਝਾਤੀ ਮਾਰ ਲਓ ਇੱਕ ਵਾਰੀ, ਦੇਖ ਸਕਦੇ ਰੰਗ ਵਗੈਰਾ।
ਇੱਥੇ ਸਾਰੀ ਚੀਜ਼ ਆਉਂਦੀ ਜੀ ਵਿਕਣੀ, ਟਾਇਰ ਵੀ ਇੱਥੇ ਸੈਕਿੰਡ ਹੈਂਡ ਕਈ ਵਾਰੀ ਮਿਲ ਜਾਂਦੇ ਨੇ, ਅਤੇ ਜਗਜੀਤ ਮਸ਼ੀਨ, ਕੇ ਐੱਸ, ਵਿਸ਼ਕਰਮਾ, ਰਾਜਾ, ਰਾਜਾ ਦਾ ਆਖੜੀ ਦੇਖ ਸਕਦੇ ਤੁਹਾਡੇ ਸਾਹਮਣੇ, ਰਾਜਾ ਦਾ ਸਟਾਰ ਰੀਪਰ ਦੀ ਜੇ ਗੱਲ ਕਰੀਏ ਨਾ, ਰਾਜਾ ਦਾ ਆਖੜਾ 7.5 ਫੁੱਟ ਕੱਟ ਰਿਹਾ ਜੀ, ਠੀਕ ਹੈ, 10-2-10 ਡਿਮਾਂਡ ਹੈ, 20 ਮਾਡਲ ਹੈ। ਅਤੇ ਜੇ ਇਸ ਦੀ ਗੱਲ ਕਰੀਏ ਫੱਟੀਆਂ ਅਤੇ ਪਲੇਟ ਦੀ, ਠੀਕ ਹੈ ਜੀ, ਆਹ ਦੇਖੋ ਜੀ ਲੈਣ ਭਰੀ ਹੋਈ ਆ, ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿੰਦੇ, ਇਹ ਮੇਰੇ ਹਿਸਾਬ 'ਤੇ ਘੱਟੋ ਘੱਟ ਵੀ 19-20 ਪਲੇਟ ਦੀ ਲਾਈਨ ਹੋਏਗੀ, ਥੱਲੇ ਬਾਸਕਿਟ ਹੈ ਡਬਲ ਲਾਈਨ ਦੀ। ਅਤੇ ਆਹ ਜੀ ਰਾਜਾ ਦੀ ਸਟਾਰ ਰੀਪਰ, ਰਾਜਾ ਦੀ ਸਟਾਰ ਰੀਪਰ ਹੈ, ਅਤੇ ਸੈੱਟ ਹੈਗਾ ਮੈਨਾਂ ਦਾ 16 ਦਾ, ਠੀਕ ਹੈ ਜੀ। ਵਿੱਚੋਂ ਤੁਹਾਨੂੰ ਇੱਕ ਵਾਰੀ, ਹਾਂਜੀ ਆਪਣੀ ਨਹੀਂ ਗੀ ਜੀ, ਅੱਛਾ ਤੁਹਾਡੀ, ਮੈਂ ਕਿਤੇ ਤੁਸੀਂ ਮੈਨੂੰ ਪੁੱਛ ਰਹੇ ਜੀ ਕਿੰਨੇ ਦੀ ਦੇਣੀ ਹੈ ਜੀ ਜੇ ਕੋਈ ਲੈਣ ਦੇਣ ਵਾਲਾ ਆਵੇ। ਅਤੇ ਤੁਸੀਂ ਮੈਨੂੰ ਇਹ ਦੱਸੋ ਜੀ, ਚਲੋ ਤੁਸੀਂ ਰੀਪਰ ਚਲਾਇਆ ਹੈ ਨਾ, ਤੁਸੀਂ ਚਲਾਇਆ ਨਾ ਰੀਪਰ, ਨਹੀਂ ਤੁਸੀਂ ਚਲਾਇਆ ਰੀਪਰ, ਅੱਛਾ ਤੁਸੀਂ ਪਿੰਡੋਂ ਚਲਾਇਆ, ਬਈ ਕਿੰਨੀਆਂ ਟਰਾਲੀਆਂ ਭਰਦੇ ਸੀ, ਸਹੀ ਸਹੀ ਦੱਸੀ, ਕਿਉਂਕਿ ਸਾਰੇ ਰੀਪਰ ਚਲਾਉਂਦੇ, ਉਹ ਜਗਜੀਤ ਦੀ ਸਾਹਮਣੇ ਖੜੀ ਜਿਹੜੀ ਕਹਿੰਦੇ ਨੰਬਰ 1 ਹੈ ਨਾ, ਇੱਥੇ ਸਭ ਹੀ ਆਉਂਦੀਆਂ ਨੇ ਬਈ। ਇੱਕ ਤਾਂ ਨਾ ਏਰੀਏ ਦਾ ਵੀ ਹਿਸਾਬ ਕਿਤਾਬ ਪੈ ਜਾਂਦਾ, ਜਿਵੇਂ ਜਿੱਥੇ ਸਮੁੰਦਰ ਮੰਨ ਲਾ ਕੋਈ ਜਾਂ ਹੋਰ ਬਈ ਸੇਮ ਵਾਲਾ ਇਲਾਕਾ, ਸੇਮ ਵਾਲਾ ਇਲਾਕਾ, ਹਾਂਜੀ ਉੱਥੇ ਮਸ਼ੀਨ ਥੋੜੀ ਸਨੇਹਾ ਖੜ ਜਾਂਦੀ ਹੈ ਜੀ। ਹਾਂਜੀ ਤੇ ਆਪਣੇ ਮੰਨ ਜੇ ਬਠਿੰਡਾ ਏਰੀਆ ਆਪਣੇ ਵੀ 32-33 ਟਰਾਲੀਆਂ ਭਰਦੇ, 35 ਭਰ ਜਾਂਦੇ ਆ ਕਈ ਯਾਰ, 32 ਭਰ, 35 ਟਰਾਲੀਆਂ ਤੁਸੀਂ ਭਰੀਆਂ ਹੋਈਆਂ ਨੇ, ਹਾਂ ਲਾਸਟ 35 ਭਰੀਆਂ ਨੇ ਜੀ, ਹਾਂਜੀ ਇੱਕ ਦਿਨ ਦੇ ਵਿੱਚ 35 ਟਰਾਲੀਆਂ ਭਰੀਆਂ, ਸਵੇਰੇ 8 ਵਜੇ ਮਸ਼ੀਨ ਚਾਲੂ ਹੋ ਗਈ ਜੀ, ਠੀਕ ਹੈ, 8 ਵਜੇ ਜਾ ਕੇ ਮੰਨ ਜਦੋਂ ਪੂਰਾ ਲਾਂਗਾ ਵੀ ਸੁੱਕਦਾ ਉਦੋਂ 8 ਵਜੇ ਜਾ ਕੇ ਵੀ ਚਲਾ ਲਿਆ ਕਰੋ, 7:30 ਵਜੇ, ਠੀਕ ਹੈ। ਕਿੰਨੇ ਮਿੰਟ ਚ ਟਰਾਲੀ ਭਰੀ ਹੈ ਜੇ ਮਿੰਟਾਂ ਦੀ ਗੱਲ ਕਰੀਏ? 15-18 ਮਿੰਟ ਲੱਗਦੇ, 15-18 ਮਿੰਟ ਕਿਹੜੇ ਟਰੈਕਟਰ ਤੇ ਜੀ? ਇਹ ਜੌਂਡੀਅਰ ਤੇ ਚੱਲਦੀ, 53-10 ਤੇ ਚੱਲਦੀ ਸੀ, ਕਹਿੰਦੇ ਵੀ 15 ਮਿੰਟਾਂ ਦੇ ਵਿੱਚ ਟਰਾਲੀ ਭਰ ਦਿੰਦਾ, ਉਸਰੀ ਦਾ ਵੀ ਹਿਸਾਬ ਕਿਤਾਬ ਪੈ ਜਾਂਦਾ, ਹਾਂ ਲੰਮੀ ਉਸਰੀ ਚ ਮੰਨ ਕੇ ਚੱਲੋ, ਉਸਰੀ ਚ ਛੇਤੀ ਮਾੜੀ ਭਰ ਜਾਂਦੀ ਜੇ, ਠੀਕ ਹੈ, ਮੰਨ ਉਸਰੀ ਘੱਟ ਆ, ਹਾਂ ਵੀ ਲੰਮੇ ਗੇੜਿਆਂ ਚ ਛੇਤੀ ਨਿਕਲ ਜਾਂਦੀ ਟਰਾਲੀ, ਵੀ ਲਾਨ ਲਾਨ ਦਾ ਗੇੜਾ ਆ ਜਾਂਦਾ ਬਸ, ਘੇਰੇ ਘੇਰੇ ਚ ਭਰੀ ਜਾਂਦੀ ਟਰਾਲੀ, ਹੈਨਾ। ਤੇ ਜੇ ਗੱਲ ਕਰੀਏ ਆਪਾਂ ਬਾਕੀ ਬਈ ਲਿੱਤ ਲੁੱਤ ਵਾਲਾ ਗੇੜਾ ਚੱਕਿਆ ਨਾ, ਉਹਦੇ ਨਾਲ ਵੀ ਛੇਤੀ ਮਾੜੀ ਮੋਟੀ ਭਰ ਜਾਂਦੀ, ਉਵੇਂ ਤੁਹਾਨੂੰ ਐਵਰੇਜ ਆਉਂਦੀ ਰਹਿੰਦੀ ਹੋਏਗੀ 30-25, ਹੈਨਾ, 32-35 ਭਰੀ ਜਾਂਦੀ, 35 ਕਈ ਯਾਰ ਕਲੀਅਰ ਵੀ ਮਾੜੀ ਮੋਟੀ ਪੈ ਜਾਂਦੀ ਆ, ਹਾਂ ਉਦੋਂ ਇੱਕ ਅੱਧੀ ਘਟ ਜਾਂਦੀ ਆ, ਤੇ ਉੱਥੇ ਬਾਅਦ ਵੀ ਜਾਂਦੀ ਵੀ ਸਾਰ ਨਾਲ ਵੱਧ, ਮੈਨੂੰ ਲੱਗਦਾ ਫਿਰ ਇਹੀ ਭਰਦੀ ਜੀ ਮਸ਼ੀਨ, ਜਗਜੀਤ ਦਾ ਨਾਂ ਹੀ ਚੱਲਿਆ ਹੋਇਆ ਜੀ, ਬਾਕੀ ਏਰੀਏ ਦਾ ਹਿਸਾਬ ਕਿਤਾਬ ਵੀ ਹੋ ਜਾਂਦਾ ਬਈ ਉਦੋਂ ਤੇ, ਨਹੀਂ ਜੇ ਆਪਣਾ ਲਾਂ ਨਹੀਂ ਭਾਰਾ ਹੈ ਜੀ, ਦੇਖੋ ਜੀ 2-3 ਟਰਾਲੀਆਂ ਵਾਲਾ ਲੰਘ ਆ ਜੀ, ਹੈਨਾ, ਫਿਰ ਤਾਂ ਆਪਾਂ ਕਹਿ ਸਕਦੇ ਹਾਂ ਵੀ ਰਾਜੇ ਤੋਂ ਵਧੀਆ ਸਟਾਰ ਰੀਪਰ ਨਹੀਂ ਹੈਗੀ, ਹਾਂ ਬਹੁਤ, ਹੈਨਾ, ਵੀ ਜਗਜੀਤ ਸਾਡੀ ਚਲਾਈ ਹੋਈ ਹੈ, ਕੇ ਐੱਸ ਅਸੀਂ ਚਲਾਈ ਹੈ, ਵਿਸ਼ਕਰਮਾ ਅਸੀਂ ਚਲਾ ਚੁੱਕੇ, ਜਸਵੰਤ ਵੀ ਚਲਾਈ ਹੋਈ ਆਪਣੇ ਕੋਲੇ, ਅੱਛਾ ਜੀ ਕੇ ਐੱਸ ਨਾਲ ਕਿੰਨੀਆਂ ਕੱਢਦੇ ਰਹੇ ਜੀ? ਕੇ ਐੱਸ ਦਾ ਵੀ ਬਸ ਇੰਨੇ ਨਾਲ ਭਰਦੇ, ਉਹ 36 ਤੇ ਚੱਲਦੀ ਹੈ, ਉਹ 36 ਤੇ ਚੱਲਦੀ ਹੈ, ਉਹਦੇ ਨਾਲ ਕਿੰਨੀਆਂ ਭਰਦੇ ਰਹੇ ਜੀ? ਉਹਦੇ ਨਾਲ ਬਸ 32-35 ਕੀ ਹੋ ਭਰਦੇ ਨੇ, 32-35, ਹਾਂ ਬਸ ਦੋਨੇ ਬਰਾਬਰ ਇਕੱਠੇ। ਤੇ ਇਹ ਕਿੰਨੇ ਇੰਚੀ ਹੈ ਜੀ ਇਹਦਾ ਜਿਹੜਾ ਡਾਇਆ ਵਗੈਰਾ, ਕਿੰਨੇ ਇੰਚੀ ਹੈ ਸਟਾਰ ਰੀਪਰ? ਜਿਵੇਂ 56 ਇੰਚੀ ਆਉਂਦੀ ਹੈ ਕਟਰ, 56 ਹੀ ਹੈ ਜੀ, 56 ਜੀ। ਤੇ ਜੇ ਹੁਣ ਕਿਸੇ ਨੇ ਵੀਰ ਨੇ ਲੈਣੀ ਹੈ, ਨੰਬਰ ਦੱਸ ਦੋਗੇ? ਨੰਬਰ ਦੱਸ ਦਿਓ। ਤੇ ਜੇ ਕਿਸੇ ਵੀਰ ਨੇ ਲੈਣੀ ਹੈ, ਰਾਜਾ ਦਾ ਸਟਾਰ ਰੀਪਰ ਹੈ, ਮਾਡਲ ਹੈਗਾ 20 ਮਾਡਲ ਹੈ, 2,10,000 ਰੁਪਇਆ ਡਿਮਾਂਡ ਹੈ। ਜੇ ਕੰਟਰ ਬਾਰ ਦੀ ਗੱਲ ਕਰੀਏ, ਮੈਨੂੰ ਲੱਗਦਾ 7.5 ਫੁੱਟ ਕੰਟਰ ਬਾਰ ਹੈ ਜੀ, ਹੈ ਨਾ ਇਹਦਾ। ਅਤੇ ਬਾਈ ਨਾ ਸਾਰੀ ਤੁਹਾਨੂੰ ਡਿਟੇਲ ਪਹਿਲਾਂ ਹੀ ਦੱਸਤੀ ਵੀ ਇੰਨਾ ਇਹਦੇ ਵਿੱਚ ਵੀ ਇੱਕ ਦਿਨ ਦੀਆਂ ਬਾਈ ਨੇ ਇੰਨੀਆਂ ਕੱਢੀਆਂ, ਠੀਕ ਹੈ। ਅਤੇ ਨੰਬਰ ਦੱਸ ਦਿਓ ਜੀ ਆਹ ਵਾਲਾ।
75037 30429 ਤੇ 75087 30429 ਠੀਕ ਹੈ ਆ ਨੰਬਰ ਤੁਸੀਂ ਬਲੇਟ ਬਲੂਟੂਥ ਹਾਂ ਬਈ ਵਧੀਆ ਪਿਆ ਵਿੱਚ ਆ ਦੇਖ ਸਕਦੇ ਬਲੇਟ ਤਾਂ ਲੱਗਿਓ ਵਿਖਾ ਦੇ ਅੱਧੀ ਰਿਪੇਅਰ ਘੱਟ ਪਊਗਾ ਜਿਵੇਂ ਇਹਨਾਂ ਦੇ ਸਾਈਡਾਂ ਹੀ ਬਦਲਣਾ ਹਾਂ ਸਾਈਡਾਂ ਹੀ ਬਦਲ ਕੇ ਚੱਲ ਜਾਏਗਾ ਕੰਮ ਠੀਕ ਹੈ ਵਿੱਚ ਮੰਨਣਾ ਜਿਵੇਂ ਬਈ ਜਾਲ ਵਗੈਰਾ ਕਿਵੇਂ ਆਂਦਾ ਜਾਲ ਵਧੀਆ ਬਈ ਜਾਲ ਵਧੀਆ ਬਿਲਕੁਲ ਕਿੰਨੇ ਸਰੀਆਂ ਦਾ ਜਾਲ ਹੈ ਜੀ ਕੋਈ 39 ਸਰੀਆਂ ਦਾ ਜਾਲ ਹੈ ਜੀ ਠੀਕ ਹੈ ਜੀ 39 ਸਰੀਆਂ ਦਾ ਜਾਲ ਹੈ ਬਈ ਟਰੈਕਟਰ ਚੱਲਦੀ ਰਹੀ ਹੈ 53 ਦਸ ਤੇ ਠੀਕ ਹੈ ਜੀ ਤੇ ਪੁਲੀ 59 ਵਾਲੀ ਵੀ ਹੈਗੀ ਤੁਹਾਡੇ ਕੋਲ ਮੌਕੇ ਤੇ ਉਹ ਵੀ ਹੋ ਜਾਏਗਾ ਸੈਟਿੰਗ ਵਗੈਰਾ ਤੇ ਬਾਈ ਨਾਲ ਜੇ ਕਿਸੇ ਨੇ ਲੈਣੀ ਹੈ ਤੇ ਗੱਲਬਾਤ ਕਰ ਸਕਦਾ ਜੀ ਠੀਕ ਹੈ ਨੰਬਰ ਵਿੱਚ ਹੈ ਵੀਡੀਓ ਧੰਨਵਾਦ ਬਾਈ ਤੇਰਾ ਠੀਕ ਹੈ ਜੇ ਇੰਨੀ ਜਾਣਕਾਰੀ ਦਿੱਤੀ ਤੇ ਆਪਾਂ ਟਰੈਕਟਰਾਂ ਤੇ ਆ ਜਾਂਦੇ ਹਾਂ ਬਾਈ 955 ਪ੍ਰੀਤ 17 ਮਾਡਲ ਮੇਰੇ ਫਾਰਨ ਟਰੈਕ 60 ਸੁਪਰ ਮੈਕਸ ਬਈ ਵਿਖਾ ਕੇ ਜਾਵਾਂਗੇ ਉਹ ਥੋੜ੍ਹੀ ਰਾਜਾ ਦੀ ਸਟਾਰ ਇੱਪਰ ਬੜੀ ਚੜੀ ਹੋਈ ਸੀ ਆਪਾਂ ਉਹਦੇ ਬਾਰੇ ਵੀ ਜਾਣਕਾਰੀ ਦੇਣੀ ਜ਼ਰੂਰੀ ਸਮਝੀ ਤਾਂ ਆਪਾਂ ਉਹ ਕੀਤਾ ਜੀ ਠੀਕ ਹੈ ਜੀ ਅਤੇ ਆ ਗਿਆ ਜੀ ਫਾਰਮ ਟਰੈਕ 60 17 ਮਾਡਲ ਹੈ ਅਤੇ 575,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਜੀ ਕੋਕਾ ਪੀਸ ਪਿਆ ਡਬਲ ਡਿਸਟ੍ਰੀਬਿਊਟਰ ਹੈ ਸਾਈਡ ਰੇਸ ਲੱਗੀ ਹੋਈ ਉੱਤੇ ਠੀਕ ਹੈ ਕੋਕਾ ਪੀਸ ਪਿਆ ਦੇਖ ਸੁਪਰ ਮੈਕਸ ਦੇਖੋ ਜਮਾਂ ਸਾਫ਼ ਕੰਡੀਸ਼ਨ ਦਾ ਕਲਾਸਿਕ ਮਾਡਲ ਜਮਾਂ ਰੰਗ ਰੋਗਨ ਦਾ ਸਾਫ਼ ਹੈ ਜੀ ਜੇ ਜਮਾਂ ਸਾਂਭਿਆ ਹੋਇਆ ਟਰੈਕਟਰ ਹੈ ਜਮਾਂ 17 ਮਾਡਲ ਦੇ ਠੀਕ ਹੈ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ 750 ਸੋਨਾਲੀਕਾ ਹਰਿਆਣਾ ਨੰਬਰ ਅਤੇ ਜੇ ਗੱਲ ਕਰੀਏ ਰੇਟ ਨਹੀਂ ਲਿਖਿਆ ਹੋਇਆ ਠੀਕ ਹੈ ਅੱਛਾ ਇਹ ਵੇਖ ਗਿਆ ਨਹੀਂ 3 ਲੱਖ ਨਹੀਂ ਆਪਾਂ ਨੰਬਰ ਤਾਂ ਨਹੀਂ ਨਾ ਦੇ ਰਹੇ ਆਪਾਂ ਵੈਸੇ ਕੋਈ ਚੱਕਰ ਹਾਂਜੀ ਹਾਂਜੀ ਕੋਈ ਚੱਕਰ ਆਈਸਰ ਆ ਗਿਆ ਜੀ ਆਪਣੇ ਸਾਹਮਣੇ ਅਗਲੇ ਬੰਨੇ ਅਤੇ ਇੱਥੋਂ ਸ਼ੁਰੂ ਕਰਦੇ ਹਾਂ ਹੁਣ ਆਪਾਂ 94 ਮਾਡਲ 1,05,000 ਰੁਪਇਆ ਡਿਮਾਂਡ ਬਈ ਦੱਸੀ ਹਰਮਨ ਬਈ ਤੇਰਾ ਟਰੈਕਟਰ ਮੈਂ ਪਹਿਲਾਂ ਵਿਖਾ ਹੀ ਦੇਣਾ ਤੈਨੂੰ ਵੈਸੇ ਮੈਂ ਮਹਿੰਦਰਾ ਦੇ 2-3 ਤਾਂ ਵਿਖਾਤੇ ਆ ਬਈ ਤੁਹਾਡੇ ਸਾਹਮਣੇ ਆਪਾਂ ਲਾਈਵ ਚੱਲ ਰਹੇ ਹਾਂ ਠੀਕ ਹੈ ਅਤੇ ਲਾਈਵ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਤੁਹਾਨੂੰ ਤੁਹਾਡੇ ਸਾਹਮਣੇ ਕਿਹਾ ਵੀ ਅਗਲੇ ਨੇ ਫਾਰਮ ਟਰੈਕ ਸੋਹਣਾ ਬਹੁਤ ਸੀ ਟਰੈਕਟਰ ਐਵੇਂ ਗੱਲ ਕਹੀਏ ਫਾਰਮ ਟਰੈਕ ਬਹੁਤ ਜ਼ਿਆਦਾ ਸੋਹਣਾ ਸੀ ਅਤੇ ਬਈ ਅਗਲੇ ਨੇ ਨਾ ਕਰਤੀ ਨਹੀਂ ਤਾਂ ਬਹੁਤ ਸੋਹਣਾ ਟਰੈਕਟਰ ਸੀ ਐਵੇਂ ਆਖੀਏ ਅਤੇ ਅਗਲੇ ਨੇ ਵੀਡੀਓ ਬਣਾਉਣ ਨੂੰ ਨਾ ਕਰਤੀ ਨਾਲੇ ਆਪਾਂ ਕੋਈ ਨੰਬਰ ਨਹੀਂ ਦੇ ਰਹੇ ਦੇਖੋ ਨੰਬਰ ਤਾਂ ਦੂਰ ਦੀ ਗੱਲ ਹੈ ਮੈਨੂੰ ਅਜੇ ਕੱਲ੍ਹ ਪਰਸੋਂ ਲੋਪੋ ਵਾਲੇ ਤੋਂ ਜਿੱਥੇ ਸੁਖਜਿੰਦਰ ਸਿੰਘ ਲੋਪੋ ਪਿੰਡ ਹੈ ਨਾ ਜਾਣਦੇ ਹੋਣਗੇ ਕਈ ਬੰਦੇ ਵਿੱਚ ਅਤੇ ਜੇ ਸ਼ਾਇਦ ਤੱਕ ਬਾਈ ਦੇਖਦਾ ਵੀ ਹੋਵੇ ਹੁਣ ਮੌਕੇ 'ਤੇ ਅਤੇ ਬਾਈ ਦਾ ਫੋਨ ਆਉਂਦਾ ਮੈਨੂੰ ਕਹਿੰਦਾ ਡੀਲਰ ਵਗੈਰਾ ਨਾਲ ਗੱਲ ਨਹੀਂ ਕਰਦੇ ਬਾਈ ਤੇਰੇ ਸਾਹਮਣੇ ਆ ਅਤੇ ਗੱਲ ਤੋਂ ਤੁਸੀਂ ਦੂਰ ਦੀ ਗੱਲ ਕਰਦੇ ਜੇ ਵੀਡੀਓ ਬਣਾਉਣ ਤੋਂ ਮਨਾ ਕਰ ਦਿੰਦੇ ਨੇ ਠੀਕ ਹੈ ਆ ਗਿਆ ਆਪਣਾ ਸਿਕੰਦਰ ਕਿੱਧਰ ਅਤੇ ਲਾਈਵ ਚੱਲੀ ਹੈ ਨਾ 3 ਮਾਡਲ ਹੈ 2,35,000 ਰੁਪਇਆ ਡਿਮਾਂਡ ਹੈ ਲਾਈਵ ਚੱਲੀ ਹੈ ਨਾ ਫੇਸਬੁੱਕ 'ਤੇ ਲੋਪੋ ਵਾਲੇ ਦੇ ਪਿੰਡ ਤੋਂ ਬਾਈ ਕਹਿੰਦਾ ਤੁਸੀਂ ਨਾ ਬਈ ਡੀਲਰਾਂ ਨਾਲ ਗੱਲ ਨਹੀਂ ਕਰਦੇ ਜਾਂ ਤੁਸੀਂ ਡੀਲਰਾਂ ਨਾਲ ਗੱਲ ਕਰੋ ਸਾਨੂੰ ਵੀ ਕੋਈ ਨੌਲੇਜ ਆਵੇ ਕਹਿੰਦਾ ਸਾਨੂੰ ਵੀ ਪਤਾ ਲੱਗੇ ਕੋਈ ਨਹੀਂ ਆ ਜਾਂਗਾ ਮੈਂ ਤੇ ਬਾਈ ਕਹਿੰਦਾ ਮੈਂ ਹੁਣ ਤੁਹਾਡੇ ਸਾਹਮਣੇ ਹਾਂ ਲਾਈਵ ਚੱਲੀ ਜਾਂਦੇ ਹਾਂ ਫਿਰ ਵੀ ਲੋਕਾਂ ਨੂੰ ਐਂ ਨਹੀਂ ਹੈਗਾ ਵੀ ਅਸੀਂ ਤੁਹਾਡਾ ਨੰਬਰ ਨਹੀਂ ਪਾ ਰਹੇ ਅਸੀਂ ਸਿਰਫ ਟਰੈਕਟਰ ਪਾ ਰਹੇ ਹਾਂ ਵੀ ਲੋਕਾਂ ਨੂੰ ਪਤਾ ਲੱਗੇ ਮੰਡੀ ਦੇ ਆਹ ਰੇਟ ਨੇ ਆਹ ਕੰਡੀਸ਼ਨ ਦੇ ਟਰੈਕਟਰ ਆਉਂਦੇ ਆ ਠੀਕ ਹੈ ਜੀ ਤਾਂ ਵੀ ਲੋਕ ਨਾ ਕਰ ਦਿੰਦੇ ਪਤਾ ਨਹੀਂ ਕੀ ਗੱਲ ਹੈ
ਗੱਲ ਵੈਸੇ ਮੈਨੂੰ ਅੰਦਰਲੀ ਪਤਾ, ਮੈਂ ਬੋਲਦਾ ਨਹੀਂ ਹੁਣ ਮੌਕੇ 'ਤੇ, ਐਵੇਂ ਰੌਲੇ ਵਾਲੀ ਗੱਲ ਹੈ। ਫਾਰਮ ਟਰੈਕ 60 ਆ ਗਿਆ ਜੀ, ਠੀਕ ਹੈ, ਅਤੇ ਪਾਵਰ ਸਟੇਅਰਿੰਗ ਹੈ। ਅਤੇ ਇਹ ਜਿਹੜੇ ਰੌਲੇ ਨੇ ਨਾ, ਇਹ ਮੈਂ ਅੱਗੇ ਵੀ ਇੱਕ ਵੀਡੀਓ 'ਚ ਐਕਸਪਲੇਨ ਕੀਤਾ, ਕਈਆਂ ਨੇ ਦੇਖੀ ਹੋਵੇ, ਜਦੋਂ ਵੀਡੀਓ ਪੂਰੀ ਵੇਖੋਗੇ ਨਾ ਮੇਰੇ ਗੱਲਾਂ ਦਾ ਪਤਾ ਲੱਗ ਜਾਏਗਾ ਤੁਹਾਨੂੰ ਵੀ ਮੈਂ ਗੱਲ ਪਹਿਲਾਂ ਕਿੱਥੇ ਕਰ ਚੁੱਕਿਆ, ਪਹਿਲਾਂ ਕਿੰਨੀਆਂ ਗੱਲਾਂ ਮੈਂ ਇਹਨਾਂ 'ਤੇ ਕੀਤੀਆਂ। ਮੈਨੂੰ ਸਭ ਮੰਡੀਆਂ ਦਾ ਪਤਾ ਇੱਥੋਂ ਦੀਆਂ ਲੋਕਲ ਦੀਆਂ, ਵੀ ਕਿੰਨਾ ਕਿੰਨਾ ਕੁ ਕਰੈਕਟਰ ਸਹੀ ਆ, ਕਿੱਥੋਂ ਤੱਕ ਸਹੀ ਨੇ, ਕਿੰਨਾ ਕੁ ਮੰਨ ਕੇ ਚਲੋ ਆਪਾਂ ਨੂੰ ਰੋਪੜ ਦੇ ਆ ਰੇਟ ਦੇ ਵਿੱਚ, ਠੀਕ ਹੈ, 3,65,000 ਰੁਪਇਆ ਡਿਮਾਂਡ ਆ। ਇਸ ਲਈ ਇਹਨਾਂ ਦੇ ਖਿਲਾਫ ਨਹੀਂ ਬੋਲੀਦਾ ਵੀ ਅਸੀਂ ਮੰਡੀ ਆਉਣਾ, ਅਸੀਂ ਵੀਡੀਓ ਬਣਾਉਣੀ ਆ, ਠੀਕ ਹੈ। ਨਹੀਂ ਤਾਂ ਅੱਜ ਨੂੰ ਤਾਂ ਨਾ ਅਸੀਂ ਵੀਡੀਓ ਖਿਲਾਫ ਪਾ ਕੇ ਇਹਨਾਂ ਨੂੰ ਦੱਸ ਦਿੰਦੇ ਜੀ। ਬਸ ਇਹ ਗੱਲ ਹੈ ਵੀ ਬਾਅਦ 'ਚ ਤੁਸੀਂ ਕਹਿਣਾ ਵੀ ਸਾਨੂੰ ਵੀਡੀਓ ਨਹੀਂ ਪਹੁੰਚ ਰਹੀ। 50-50 ਡੀ ਮਹਿੰਦਰਾ 575 ਡੀ ਆਈ ਆ ਗਿਆ ਬਈ, ਠੀਕ ਹੈ। ਇਹ ਹੈਗਾ ਇੱਕ ਮਾਡਲ, 2,00,000 ਰੁਪਇਆ ਡਿਮਾਂਡ ਹੈ, 1,95 ਡਿਮਾਂਡ ਹੈ, ਮੈਂ 2 ਹੀ ਬੋਲਦਾ ਵੈਸੇ ਆਪਦੇ ਕੋਲੋਂ। ਅਤੇ ਅਗਲੇ ਬੰਨੇ ਆ ਗਿਆ 241 ਮੈਸੀ ਫਰਕਿਊਜ਼ਨ, ਠੀਕ ਹੈ ਜੀ। ਮੈਸੀ ਆ ਗਿਆ 2000 ਮਾਡਲ, 2,38,000 ਰੁਪਇਆ, ਠੀਕ ਹੈ। ਹੁਣ ਆਪਾਂ ਜਿਹੜੇ ਮਹਿੰਦਰਾ ਦਾ ਵੀਰੇ, ਇੱਕ ਤਾਂ ਮੈਂ ਤੁਹਾਨੂੰ ਵਿਖਾ ਦਿੱਤਾ 2,00,000 ਰੁਪਇਆ ਦਾ ਛੋਟਾ ਮਾਡਲ, 1-2 ਤੁਹਾਨੂੰ ਮੈਂ ਨਵੇਂ ਵਿਖਾ ਦਿੰਦਾ, ਠੀਕ ਹੈ, ਜਮਾਂ ਨਵੇਂ ਸਪੈਸ਼ਲ ਤੁਹਾਡੇ ਵਾਸਤੇ ਆਇਆ ਇੱਧਰ ਨਵਿਆਂ ਵਾਸਤੇ। ਅਤੇ ਜੇ ਗੱਲ ਕਰਾਂ ਲਾਈਵ ਦੇ ਵਿੱਚ ਖੜ੍ਹੇ ਆ ਨਾ, ਆ ਖੜ੍ਹੇ ਮਹਿੰਦਰਾ ਦੇ ਦੋਨੇ, ਇਹਨਾਂ ਦੇ ਉੱਤੇ ਮੇਰੀ ਸਪੈਸ਼ਲ ਵੀਡੀਓ ਵੀ ਹੈ ਵੈਸੇ, ਤਾਂ ਤੁਸੀਂ ਉਦੋਂ ਵੀ ਵੇਖ ਸਕਦੇ ਜੇ। ਅਤੇ 265 ਡੀ ਆਈ XP ਪਲੱਸ 22 ਮਾਡਲ ਹੈ, 4,65,000 ਰੁਪਇਆ ਡਿਮਾਂਡ ਹੈ, ਭੂਮੀ ਪੁੱਤਰ ਮਾਡਲ ਹੈ, ਚਾਰੇ ਟਾਇਰ ਨਵੇਂ ਨੇ, ਪੰਜਾਬ ਨੰਬਰ ਹੈ, ਮਾਨਸਾ ਦਾ ਨੰਬਰ ਹੈ, PV31, ਠੀਕ ਹੈ, ਦੇਖ ਸਕਦੇ ਜਮਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ, ਜਮਾਂ ਸਾਫ਼ ਦੇਖ ਸਕਦੇ, ਕੁਛ ਵੀ ਨਹੀਂ ਚੱਲਿਆ ਹੋਇਆ ਟਰੈਕਟਰ। ਅਤੇ ਅਗਲੇ ਬੰਨੇ 475 ਡੀ ਆਈ XP ਪਲੱਸ 21 ਮਾਡਲ, 495, ਇਹ ਵੀ ਪੰਜਾਬ ਨੰਬਰ ਹੈ, ਪਾਵਰ ਸਟੇਅਰਿੰਗ ਹੈ, ਦੇਖ ਸਕਦੇ ਜਿਹੜਾ ਬਈ ਉਹਦਾ ਕਮੈਂਟ ਕਰੀ ਜਾਂਦਾ ਹਰਮਨ, ਹੈ ਨਾ, ਉਹਨਾਂ ਦੇ ਕਮੈਂਟ ਦਾ ਜਵਾਬ ਹੈ ਬਈ, ਆਹ ਦੇਖ ਸਕਦਾ ਮੈਂ ਟਰੈਕਟਰ ਦਿਖਾਤੇ, ਡਬਲ ਆਪਣਾ ਓਇਲ ਬ੍ਰੇਕ ਹੈ, ਡਬਲ ਡਿਸਟ੍ਰੀਬਿਊਟਰ, 5,510 ਗੇਅਰ ਪ੍ਰੋ ਆ ਗਿਆ ਜੀ, 21 ਮਾਡਲ ਹੈ, 7,40,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜਮਾਂ ਸਾਫ਼ ਕੰਡੀਸ਼ਨ ਦਾ, 1,000 ਘੰਟਾ ਚੱਲਿਆ ਵੀਡੀਓ ਦੇ ਵਿੱਚ, ਅੱਜ ਹੀ ਰਿਕਾਰਡ ਹੋਇਆ। 50-50 ਡੀ ਇਹ ਹੈਗਾ ਪੰਜਾਬ ਨੰਬਰ ਹੈ, ਨਗਦ ਕੈਸ਼ 'ਤੇ ਆ, 17 ਮਾਡਲ, 5,20,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਤੁਸੀਂ। ਅਤੇ ਜਿਹੜਾ ਰੰਗ ਰੋਗਣ ਤੁਹਾਨੂੰ ਨੇੜਿਓ ਵਿਖਾ ਦਿੰਦੇ, ਥੋੜ੍ਹਾ ਫਾਰਮ ਟਰੈਂਕ 60 ਦਾ 8 ਮਾਡਲ, 53,055 ਆ ਗਿਆ, 18 ਮਾਡਲ, 5,15 ਡਿਮਾਂਡ ਹੈ, ਠੀਕ ਹੈ ਜੀ। ਅਤੇ 53,010 ਆ ਗਿਆ ਅਗਲੇ ਬੰਨੇ, ਜੇ ਗੱਲ ਕਰੀਏ 15 ਮਾਡਲ ਹੈ, 5,65,000 ਰੁਪਇਆ ਡਿਮਾਂਡ ਹੈ, ਪੰਜਾਬ ਨੰਬਰ ਹੈ। ਅਤੇ ਅਗਲੇ ਬੰਨੇ ਡਬਲ ਡਿਸਟ੍ਰੀਬਿਊਟਰ 855 ਆ ਗਿਆ, 4-star ਰਿਵਰਸ PTO, ਠੀਕ ਹੈ ਜੀ। ਇਹ ਹੈਗਾ 14 ਮਾਡਲ, 4,85,000 ਰੁਪਇਆ ਡਿਮਾਂਡ, 855 ਰਿਵਰਸ PTO, 15 ਸਪੀਡ ਹਾਈ ਲੋ ਮੀਡੀਅਮ ਰਿਵਰਸ PTO, 22 ਮਾਡਲ, 7,65,000 ਰੁਪਇਆ ਡਿਮਾਂਡ, 35,010 ਨਿਊ ਹੋਲੈਂਡ ਆ ਗਿਆ, ਅਤੇ ਛੋਟਾ ਟਰੈਕਟਰ ਹੈ, ਪੰਜਾਬ ਨੰਬਰ ਹੈ, 13 ਮਾਡਲ, 2,65,000 ਰੁਪਇਆ ਡਿਮਾਂਡ, ਸਿੰਪਲ ਸਟੇਅਰਿੰਗ ਹੈ, ਸਿੰਪਲ ਸਟੇਅਰਿੰਗ ਦੇ ਵਿੱਚ ਹੈ, ਪੂਰਾ 4 ਟਾਇਰ ਨਵੇਂ ਨੇ। ਹੈਲੋ, ਹਾਂਜੀ ਬਾਈ, ਕੀ ਹਾਲ ਚਾਲ ਨੇ? MRF ਦੇ ਟਾਇਰ ਨਵੇਂ ਨੇ ਜੀ, ਨਿਊ ਹੋਲੈਂਡ 3630 ਦਾ। ਜੇ ਗੱਲ ਕਰੀਏ ਰੇਟ ਦੀ, 11 ਮਾਡਲ ਹੈ, 5,35,000 ਰੁਪਇਆ ਡਿਮਾਂਡ ਹੈ, ਦੇਖ ਸਕਦੇ ਜੀ। ਉੱਤੇ ਮਿਊਜ਼ਿਕ ਸਿਸਟਮ, ਛਤਰੀ LED ਵਗੈਰਾ ਲੱਗੀ, ਟੂਲ ਵਾਲੀ ਛਤਰੀ ਲੱਗੀ, ਠੀਕ ਹੈ। ਅਤੇ ਆਪਾਂ ਇੱਧਰ ਚੱਲਦੇ ਹਾਂ, ਨਿਊ ਮਾਡਲ ਪਲੀਜ਼ ਲੋਅ ਪ੍ਰਾਈਜ਼ ਵੀਰੇ, ਨਵੇਂ ਮਾਡਲ ਲੋਅ ਪ੍ਰਾਈਜ਼ 'ਚ ਕਦੇ ਵੀ ਨਹੀਂ ਹੋ ਸਕਦੇ। ਸੋਨਾਲੀਕਾ ਵਰਲਡ ਟਰੈਕ 60 RX,
ਪੰਜਾਬ ਨੰਬਰ 16 ਮਾਡਲ 563,000 ਰੁਪਇਆ ਡਿਮਾਂਡ, ਉੱਤੇ ਬੰਨੇ ਛੱਤਰੀ ਵਗੈਰਾ ਲੱਗੀ 4630 ਆ ਗਿਆ ਵੀਰੇ। ਲੋਅ ਪ੍ਰਾਈਜ਼ ਕਦੇ ਵੀ ਨਹੀਂ ਹੋ ਸਕਦੇ, ਨਿਊ ਮਾਡਲ ਅਤੇ ਮੈਂ ਆਪਦੇ ਕੋਲੋਂ ਪ੍ਰਾਈਜ਼ ਨਹੀਂ ਦੇਣਾ, ਮੈਂ ਜਿਹੜੇ ਇੱਥੇ ਲਿਖੇ ਹੋਏ ਨੇ ਉਹੀ ਦੱਸਣੇ, ਬਾਕੀ ਮੌਕੇ 'ਤੇ ਘਾਟੇ ਵਾਧੇ ਜ਼ਰੂਰ ਹੁੰਦੇ, ਤੁਹਾਨੂੰ ਇੰਨਾ ਦੱਸ ਦਿੰਦਾ। ਅਤੇ ਇੱਕ ਮਾਡਲ 2,75,000 ਰੁਪਏ ਡਿਮਾਂਡ, 744 FE ਮਾਡਲ ਹੈ। ਜੇ ਗੱਲ ਕਰੀਏ ਪੰਜਾਬ ਨੰਬਰ ਹੈ 10 ਮਾਡਲ ਹੈ, 363,000 ਰੁਪਏ ਡਿਮਾਂਡ। ਫਾਰਮ ਟਰੈਕ 60 ਹੈ, ਓਇਲ ਅਨਪ੍ਰੈਸਡ ਬ੍ਰੇਕ ਹੈ 11 ਮਾਡਲ, 365,000 ਰੁਪਏ ਡਿਮਾਂਡ। ਮਲਟੀ ਸਪੀਡ ਰਿਵਰਸਡ PTO ਐਕਸਟਰਾ ਟੋਰਕ ਡਬਲ ਕਲੱਚ ADI ਹੈ। ਅੱਛਾ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ, ਸਵਰਾਜ ਸੋਨਾਲੀਕਾ ਦਾ ਆ ਗਿਆ ਕਮੈਂਟ, ਸਵਰਾਜ ਅਤੇ ਸੋਨਾਲੀਕਾ ਦਾ ਆ ਗਿਆ ਜੀ ਕਮੈਂਟ, ਅਤੇ ਆਪਾਂ ਦੱਸ ਦਿਆਂ ਤੁਹਾਨੂੰ, ਸਵਰਾਜ ਵੀ ਦੱਸ ਦਿਆਂ। ਸਵਰਾਜ ਆ ਗਿਆ 735 FE ਮਾਡਲ ਹੈ, 98 ਮਾਡਲ, 1,65,000 ਰੁਪਇਆ ਡਿਮਾਂਡ। ਇੱਧਰਲੇ ਬੰਨੇ ਆਈਸ਼ਰ ਦਾ ਸਟਾਕ ਸ਼ੁਰੂ ਹੋ ਜਾਂਦਾ ਜੀ, ਠੀਕ ਹੈ। ਅਤੇ 17 ਮਾਡਲ 2,45,000 ਰੁਪਇਆ ਡਿਮਾਂਡ ਹੈ, ਜਮ੍ਹਾਂ ਬਿਲਕੁਲ ਬੇਦਾਗ ਕੰਡੀਸ਼ਨ ਹੈ, ਠੀਕ ਹੈ। ਜਮ੍ਹਾਂ ਨਵਾਂ ਨੁੱਕ ਹੈ, ਬਹੁਤ ਹਰ ਓਲਡ ਨੇਮ ਵੀਰੇ। ਯਾਨੀ ਕਿ ਜੇ ਤੁਸੀਂ ਮਹਿੰਦਰਾ ਦਾ ਟਰੈਕਟਰ ਲੱਭ ਰਹੇ ਜੇ, ਹੈ ਨਾ, ਮਹਿੰਦਰਾ ਦਾ ਟਰੈਕਟਰ ਲੱਭ ਰਹੇ ਜੇ, ਤਾਂ ਮੇਰਾ ਮੰਨਣਾ ਇਹ ਆ, ਮਹਿੰਦਰਾ ਕੋਈ ਵੀ ਲੈਣਾ, ਹੈ ਨਾ, ਤੁਸੀਂ 2,00,000 ਤੋਂ ਘੱਟ ਨਹੀਂ ਮੇਰੇ ਹਿਸਾਬ 'ਤੇ ਕੋਈ ਵੀ ਲੈ ਸਕਦੇ। 14 ਮਾਡਲ 14 ਕਹਿ ਰਿਹਾ, ਸੋਰੀ, ਉਸ ਦਿਨ ਮਹਿੰਦਰਾ ਇਹ 1,50,000 ਰੁਪਏ ਦਾ ਸੇਲ ਹੋਇਆ ਸੀ, 265 1,50,000 ਦਾ ਸੇਲ ਹੋਇਆ ਸੀ, 180 ਉਹਦੇ ਉੱਤੇ ਰੇਟ ਲਿਖਿਆ ਸੀ। ਜਦੋਂ ਤੁਸੀਂ ਮੰਡੀ ਆਓਗੇ ਤੁਹਾਡਾ ਸੌਦਾ ਆਪੇ ਹੀ ਹੋ ਜਾਣਾ, ਭਾਵੇਂ ਤੁਸੀਂ ਧੱਕੇ ਨਾਲ ਆ ਜਾਓ ਇੱਕ ਵਾਰੀ, ਆਪੇ ਤੁਹਾਡਾ ਸੌਦਾ ਹੋ ਜਾਏਗਾ, ਠੀਕ ਹੈ। MRF ਦੇ ਟਾਇਰ 6522 ਆ ਗਿਆ, ਜਮ੍ਹਾਂ ਘੋੜਾ ਬੈਂਪਰ 'ਚ ਹੈ, ਠੀਕ ਹੈ, ਕੰਡੀਸ਼ਨ ਵਧੀਆ। ਅਤੇ 4 ਮਾਡਲ ਹੈ, 425 ਡਿਮਾਂਡ ਹੈ, ਠੀਕ ਹੈ। ਅਤੇ ਅਰਜਨ ਆ ਗਿਆ ਅਗਲੇ ਬੰਨੇ, ਅਰਜਨ ਵੈਲੀ 57 HP 'ਚ 555 DI ਪਾਵਰ ਪਲੱਸ ਵਾਲਾ, ਠੀਕ ਹੈ ਜੀ। ਅਤੇ ਇਹਦਾ ਰੇਟ ਵਗੈਰਾ ਮੇਟ ਗਿਆ ਇੱਥੇ ਲਿਖਿਆ ਹੋਇਆ ਇੱਕ, ਵੈਸੇ HR ਨੰਬਰ ਹੈ ਮੈਨੂੰ ਲੱਗਦਾ, ਠੀਕ ਹੈ ਜੀ। ਅਤੇ 95-95 ਆ, ਕੁਛ ਪਤਾ ਨਹੀਂ ਕਿੰਨੇ 95 ਇਹ ਨਹੀਂ ਪਤਾ ਜੀ। ਅਤੇ ਟਰੈਕਟਰ ਤਾਂ ਬਹੁਤ ਜ਼ਿਆਦਾ ਹੈ ਜੀ, ਠੀਕ ਹੈ। KS ਦਾ ਰੀਪਰ, ਹਾਂ ਬਾਈ, KS ਦੇ ਰੀਪਰ ਵੀ ਵਿਖਾ ਦਿੰਦੇ ਹਾਂ ਤੁਹਾਨੂੰ, ਠੀਕ ਹੈ। ਸਿੰਘ ਅਮਨਦੀਪ ਨੇ ਕਮੈਂਟ ਕੀਤਾ, KS ਦਾ ਰੀਪਰ ਛੱਡੋ, ਅਤੇ ਹਰ ਇੱਕ ਤਰ੍ਹਾਂ ਦਾ ਰੀਪਰ, ਅਤੇ ਹਰ ਇੱਕ ਤਰ੍ਹਾਂ ਦਾ ਇੱਥੇ ਸਟਾਰ ਰੀਪਰ ਆਉਂਦਾ, ਜਗਜੀਤ, KS, ਨਿਊ ਵਿਸ਼ਕਰਮਾ, ਰਾਜਾ, ਅਤੇ ਨਿਊ ਵਿਸ਼ਕਰਮਾ ਵੀ ਇੱਧਰ ਹੀ ਖੜ੍ਹਾ ਆਪਣੇ ਕੋਲ ਆ ਵੇਖੋ, ਅਤੇ ਜਗਜੀਤ ਵੀ ਆ ਖੜ੍ਹਾ, KS ਵੀ ਵੈਸੇ ਖੜੀਆਂ, ਆ ਖੜੀ KS ਦੀਆਂ 2 ਖੜੀਆਂ ਜੀ, ਇੱਕ ਅੱਧੀ ਨਹੀਂ ਲਾਗੇ ਤੁਹਾਡੇ ਮਿਲ ਗਈਆਂ। ਵੀਡੀਓ ਨੂੰ ਸ਼ੇਅਰ ਕਰਦੀ ਬਾਈ ਅਤੇ ਲਾਈਕ ਕਰਦੀ, ਠੀਕ ਹੈ। KS ਦੀ ਰੀਪਰ ਆ ਗਈ 12 ਮਾਡਲ ਹੈ, 1,00,000 ਅਤੇ 1,15,000-25,000 ਪੰਦਰਾਂ 1,15,000 ਰੁਪਇਆ ਡਿਮਾਂਡ ਹੈ। ਕੰਡੀਸ਼ਨ ਹੈ ਜਿਹੜੀ ਉਤਲੇ ਬੰਨੇ ਜਾਲ ਰੱਖਿਆ ਹੋਇਆ, ਠੀਕ ਹੈ। ਅਤੇ ਜਿਹੜੀ ਇੱਧਰ ਕੰਡੀਸ਼ਨ ਹੈ ਤੁਹਾਨੂੰ ਦਿਖਾ ਦਿੰਦੇ ਹਾਂ, ਅਤੇ ਪਰਲੇ ਬੰਨੇ ਵੀ KS ਖੜੀ, ਉਹ ਵੀ ਵਿਖਾ ਦਿੰਦੇ ਹਾਂ, ਠੀਕ ਹੈ। ਦੇਖ ਸਕਦੇ ਕੰਡੀਸ਼ਨ ਹੈ ਜਿਹੜੀ ਤੁਹਾਡੇ ਸਾਹਮਣੇ, ਐਵੇਂ ਨਿਗਾਹ ਮਾਰੋ ਇੱਕ ਵਾਰੀ, ਇੰਡੀਆ ਦਾ ਨੰਬਰ 1 ਰੀਪਰ, ਹਾਂ ਵਧੀਆ। ਵੈਸੇ ਹੁਣੇ ਮੈਂ ਰਾਜਾ ਇਹਨਾਂ ਦਾ ਵੀ ਪੁੱਛ ਕੇ ਹਟਿਆ, ਉਹ ਵੀ ਵਧੀਆ ਰੀਪਰ ਹੈ, ਅਤੇ ਦੇਖ ਸਕਦੇ ਕੰਡੀਸ਼ਨ ਕੀ ਹਾਲ ਹੈ। ਵਧੀਆ ਵਧੀਆ ਲੱਖਾ ਸਿੱਧੂ, ਵਧੀਆ ਬਾਈ, ਤੂੰ ਸੁਣਾ ਹੋਰ ਕੀ ਹਾਲ ਨੇ। ਅਤੇ ਅਗਲੇ ਬੰਨੇ KS ਦਾ ਰੀਪਰ ਆ ਗਿਆ ਫਿਰ, ਠੀਕ ਹੈ, ਬਾਈ ਨੇ ਜਿਹਨੇ ਆਖਿਆ ਸੀ। ਅਤੇ ਬਾਈ ਉਹਨਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ, ਜਦੋਂ ਬੋਲਦੇ ਨੇ ਕਮੈਂਟ ਕਰਦੇ ਅਗਲੇ ਬੰਨੇ 'ਚ ਹੀ ਆਉਂਦੇ ਨਾ, ਮੈਂ ਕਹਿੰਦਾ ਬਹੁਤ ਵਧੀਆ ਕੰਮ ਨੇ। ਆਹ ਆ ਗਿਆ 15 ਮਾਡਲ, 1,80,000 ਰੁਪਇਆ ਡਿਮਾਂਡ ਹੈ, ਠੀਕ ਹੈ। ਵਧੀਆ ਸਾਫ ਕੰਡੀਸ਼ਨ ਦਾ ਰੀਪਰ ਹੈ ਬਿਲਕੁਲ, ਠੀਕ ਹੈ ਜੀ। ਰੀਪਰ ਬਹੁਤ ਵਧੀਆ ਪਿਆ, ਮੌਕੇ 'ਤੇ ਘਾਟੇ ਵਾਧੇ ਪੂਰੇ ਹੋ ਜਾਂਦੇ ਜੀ। ਪ੍ਰੀਤ ਦਾ 60-48 ਖੜ੍ਹਾ ਜੀ,
ਉਹ 6049 ਖੜਾ, 6048 ਕਹਿ ਰਿਹਾ, 6049 ਠੀਕ ਹੈ ਜੀ, ਪ੍ਰੀਤ ਅਤੇ 21 ਮਾਡਲ 4/65 ਡਿਮਾਂਡ ਹੈ ਠੀਕ ਹੈ ਜੀ, ਡਬਲ ਡਿਸਟ੍ਰੀਬਿਊਟਰ ਹੈ ਅਤੇ ਵਧੀਆ ਬਾਈ ਜੀ। ਹੋਰ ਤੁਸੀਂ ਸੁਣਾਓ, ਕਿਤੇ ਬਹਿੰਦੇ ਹਾਂ 2 ਮਿੰਟ ਬਾਈ, ਤੁਰ ਤੁਰ ਕੇ ਮੰਡੀ 'ਚ ਥੱਕ ਗਏ ਠੀਕ ਹੈ, 2 ਮਿੰਟ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਅਤੇ ਤੁਸੀਂ ਮੈਨੂੰ ਇਹ ਦੱਸੋ ਬਾਈ ਕਿਹੜੇ ਕਿਹੜੇ ਏਰੀਏ ਤੋਂ ਮੈਨੂੰ ਦੇਖ ਰਹੇ ਜੀ, ਠੀਕ ਹੈ, ਮਾੜਾ ਜਿਹਾ ਜ਼ਰੂਰ ਕਮੈਂਟ ਕਰਿਆ ਜੀ। ਅਤੇ ਵਿਸ਼ਕਰਮਾ ਵਾਲਾ ਸਟਾਰੀ ਪਰ ਖੜਾ ਆਪਣੇ ਸਾਹਮਣੇ, 20 ਮਾਡਲ, 2,20,000 ਰੁਪਇਆ ਡਿਮਾਂਡ। ਤੁਹਾਨੂੰ ਜੇ ਇੱਕ ਗੱਲ ਦੱਸੀਏ, ਮੰਨ ਕੇ ਚੱਲੋ ਜਿਹੜਾ ਰੀਪਰ ਹੁੰਦਾ ਨਾ, ਰੀਪਰ ਦੀ ਥੋੜ੍ਹੀ ਜਿਹੀ ਤੁਹਾਨੂੰ ਸੱਚਾਈ ਦੱਸਦੇ ਹਾਂ। ਜੇ ਤੁਸੀਂ ਬ੍ਰੈਂਡਡ ਰੀਪਰ ਲੈਂਦੇ, ਜਗਜੀਤ, ਕੇ ਐੱਸ, ਜਸਵੰਤ, ਨਿਊ ਵਿਸ਼ਕਰਮਾ, ਹੈ ਨਾ, ਛੇਤੀ ਵੇਖ ਜਾਣਗੇ, ਸਰਵਿਸ ਵਧੀਆ ਉਹਨਾਂ ਦੀ, ਜਿਹੜੀ ਨਵੇਂ ਰੀਪਰ ਲੈਂਦੇ ਜੀ ਨਾ, ਸਰਵਿਸ ਵਧੀਆ। ਬਾਕੀ ਜਿਵੇਂ ਤੁਸੀਂ ਗੋਰਖਨਾਥ ਜਾਂ ਕੋਈ ਵੀ ਆ ਲਾ ਲਓ, ਹੁਣ ਅਵਤਾਰ ਅਤੇ ਕਰਤਾਰ ਦੇ ਵੀ ਆ ਰਹੇ, ਵੈਸੇ ਮੈਂ ਨਹੀਂ ਕਹਿੰਦਾ ਮਾੜੀ ਹੈ ਕੰਪਨੀ, ਉਹਨਾਂ ਦੀ ਸਰਵਿਸ ਦੇ ਮੇਨ ਵੇਖਿਆ ਕਰੋ। ਜਦੋਂ ਨਵਾਂ ਰੀਪਰ ਲੈਣਾ ਨਾ ਕਿਸੇ ਨੇ, ਉਹਦੀ ਸਰਵਿਸ ਵੇਖ ਕੇ ਲਿਆ ਕਰੋ ਵੀ ਉਹ ਤੁਹਾਡੇ ਤੱਕ ਕਿੰਨੇ ਟਾਈਮ 'ਚ ਆ ਰਿਹਾ। ਐਗਰੀਜੋਨ ਦੀ ਵਧੀਆ ਸਰਵਿਸ ਐਵੇਂ ਆਖੀਏ ਠੀਕ ਹੈ, ਆਪਣਾ ਵੀ ਕਿਸੇ ਨੇ ਸੁਪਰ ਸੀਡਰ ਲਿਆ ਸੀ ਐਗਰੀਜੋਨ ਦੀ ਵਧੀਆ, ਕਿਹੜਾ ਸੀ, PDC ਦਾ ਕੋਈ ਰੀਪਰ ਆਪਣਾ ਸੁਪਰ ਸੀਡਰ ਲਿਆ ਸੀ ਕਿਸੇ ਨੇ, ਤਾਂ ਉਹਦੀ ਸਰਵਿਸ ਮਾੜੀ ਸੀ, ਉਹਨਾਂ ਨੇ ਖਤਮ ਕਰ ਰੱਖਿਆ ਸੀ ਡੇਟ ਸੁਪਰ ਸੀਡਰ, ਕੋਈ ਐਡਾ ਲੋਹਾ ਨਹੀਂ ਚੰਗਾ ਲਾਇਆ ਠੀਕ ਹੈ। ਬਾਈ ਕਿਹੜੇ ਕਿਹੜੇ ਏਰੀਏ ਤੋਂ ਦੇਖ ਰਹੇ ਜੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ। ਸੰਗਰੂਰ ਏਰੀਏ ਤੋਂ ਬਾਈ ਧੰਨਵਾਦ ਤੇਰਾ, ਲੱਖਾ ਸਿੱਧੂ ਠੀਕ ਹੈ ਜੀ। ਵੀਡੀਓ ਨੂੰ ਬਾਈ ਸ਼ੇਅਰ ਕਰ ਦਿਉ, ਲਾਈਕ ਕਰ ਦਿਉ ਇੱਕ ਵਾਰੀ, ਅਤੇ ਕਿਹੜੇ ਕਿਹੜੇ ਏਰੀਏ ਤੋਂ ਵੇਖ ਰਹੇ ਜੇ ਜ਼ਰੂਰ ਦੱਸੋ। ਹੋਰ ਬਾਈ ਕੀ ਹਾਲ ਚਾਲ ਨੇ, ਸਾਰਿਆਂ ਨਾਲ ਕਰਦੇ ਹਾਂ ਅੱਜ ਗੱਲਬਾਤ, ਥੋੜ੍ਹਾ ਟਾਈਮ ਬਹਿ ਗਿਆ ਮੰਡੀ ਦੇ ਵਿੱਚ, ਅਤੇ ਲਾਈਵ ਚੱਲੀ ਜਾਂਦੇ, ਕਈ ਵਾਰੀ ਹੋ ਜਾਂਦਾ ਵੀ ਗੱਲਬਾਤ ਹੀ ਕਰ ਲਈਏ। ਘੁਮਾਨਾ ਇਹ ਕਿੱਥੇ ਰਹਿ ਜਾਂਦਾ ਬਈ ਵੀਰੇ, ਕਿਹੜਾ ਡਿਸਟ੍ਰਿਕਟ ਪੈਂਦਾ? ਹਰਮਨ, ਸਾਊਦੀ ਅਰਬ ਤੋਂ ਬਰੋ ਸਿਰਾ ਜੀ, ਧੰਨਵਾਦ ਵੀਰੇ। ਗਗਨਦੀਪ ਦਰਾਜ ਹੈ ਦਿਰਾਜ, ਇਹ ਬਈ ਕਿੱਥੇ ਰਹਿ ਜਾਂਦਾ ਬਈ? ਆ ਨਹੀਂ ਮੈਨੂੰ ਪਤਾ ਲੱਗੇ, 2 ਇੱਕ ਤਾਂ ਲੱਗਾ ਨਹੀਂ ਹਰਮਨ ਵਾਲੇ ਦਾ ਪਤਾ, ਇੱਕ ਲੱਗਾ ਨਹੀਂ ਗੁਰਮੁਖ ਸਿੰਘ ਵਾਲੇ ਦਾ ਨਹੀਂ ਪਤਾ ਲੱਗਾ ਵੀ ਕਿਹੜੇ ਡਿਸਟ੍ਰਿਕਟ 'ਚ ਰਹਿ ਜਾਂਦੇ ਬਈ, ਡਿਸਟ੍ਰਿਕਟ ਦੱਸੋ। ਹਾਂ ਹੋਰ ਬਾਈ ਕੀ ਹਾਲ ਨੇ, ਸਾਰੇ ਵਧੀਆ ਸੈੱਟ ਜੇ ਬਾਈ? ਲਾਈਕ ਕਰ ਦਿਓ ਇੱਕ ਵਾਰੀ ਸਾਰੇ ਜਣੇ। ਅੱਛਾ ਸਹੀ, ਫਤਿਹਗੜ੍ਹ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ ਠੀਕ ਹੈ ਵੀਰੇ, ਸਮਝ ਗਏ ਜੀ। ਡਿਸਟ੍ਰਿਕਟ ਤੋਂ ਐਂ ਹੁੰਦਾ ਜੀ, ਜਿਵੇਂ ਹੁਣ ਅਸੀਂ ਮਾਨਸਾ ਡਿਸਟ੍ਰਿਕਟ ਪੈਂਦਾ, ਮਾਨਸਾ ਡਿਸਟ੍ਰਿਕਟ 'ਚੋਂ ਤੁਸੀਂ ਪਛਾਣ ਲਓਗੇ ਨਾ ਵੀ ਮਾਨਸਾ ਡਿਸਟ੍ਰਿਕਟ 'ਚੋਂ ਇਹ ਹੈਗਾ ਸੰਦਵਾਲਾ ਬਈ, ਇਹ ਨਹੀਂ ਮੈਨੂੰ ਪਤਾ ਕਿੱਥੇ ਆ। ਜੋਗਿੰਦਰ ਸਿੰਘ ਚੌਹਾਨ ਬਈ ਕਿਹੜਾ ਡਿਸਟ੍ਰਿਕਟ ਪੈਂਦਾ ਜੋਗਿੰਦਰ ਸਿੰਘ ਚੌਹਾਨ? ਪਤਾ ਕੀ ਹੁੰਦਾ, ਮਾਨਸਾ ਬਠਿੰਡਾ ਜਿਵੇਂ ਮਲੋਟ ਆ ਗਿਆ ਜਾਂ ਤਲਵੰਡੀ ਸਾਬੋ ਆ ਗਿਆ, ਤਲਵੰਡੀ ਸਾਬੋ ਤਾਂ ਮੰਡੀ ਲੱਗਦੀ ਹੈ ਸਾਰੇ ਹੀ ਜਾਣਦੇ ਆ ਠੀਕ ਹੈ, ਅਤੇ ਡਿਸਟ੍ਰਿਕਟ ਜਿਵੇਂ ਬਠਿੰਡਾ ਅਤੇ ਮਾਨਸਾ, ਹੁਣ ਸਾਨੂੰ ਮਾਨਸਾ ਪਹਿਲਾਂ ਬਠਿੰਡਾ ਲੱਗਦਾ ਸੀ, ਉਦੋਂ ਬਾਅਦ ਮਾਨਸਾ ਹੋ ਗਿਆ, 2 ਡਿਸਟ੍ਰਿਕਟ ਵੱਖਰੇ ਵੱਖਰੇ ਕਰਤੇ ਠੀਕ ਹੈ ਜੀ। ਉਸੇ ਤਰੀਕੇ ਨਾਲ ਬੰਦੇ ਨੂੰ ਪਤਾ ਲੱਗ ਜਾਂਦਾ ਜੀ ਵੀ ਹਾਂ ਆਹ ਡਿਸਟ੍ਰਿਕਟ 'ਚ ਹੈ, ਡਿਸਟ੍ਰਿਕਟ ਤੋਂ ਮੇਨ ਪਛਾਣ ਹੁੰਦੀ ਹੈ ਜੀ ਵੀ ਆਪਾਂ ਨੂੰ ਆਹ ਡਿਸਟ੍ਰਿਕਟ 'ਚੋਂ ਦੇਖ ਰਹੇ ਨੇ ਉਹ। ਹੋਰ ਬਾਈ ਸਾਰੇ ਸੈੱਟ ਰਹਿੰਦੇ ਜੀ, ਕੰਮ ਸੈੱਟ ਆ ਤੁਹਾਡਾ? ਹੋਰ ਬਾਈ ਸਾਰਿਆਂ ਦਾ ਕੀ ਹਾਲ ਚਾਲ ਹੈ? ਸਾਰੇ ਜਾਣੇ ਅਜੇ ਵੇਖ ਰਹੇ ਨੇ ਮੈਨੂੰ, 20 ਜਾਣੇ, 21 ਜਾਣੇ,
ਬਈ ਲਾਈਵ ਹੋਵਾਂਗੇ ਆਪਾਂ ਸ਼ਨੀਵਾਰ ਅਤੇ ਐਤਵਾਰ ਦੋਨੇ ਦਿਨ ਲਾਈਵ ਚੱਲਣਾ ਆਪਣਾ ਫੇਸਬੁੱਕ 'ਤੇ, ਠੀਕ ਹੈ ਜੀ, ਅਤੇ ਸ਼ਾਇਦ ਤੱਕ ਯੂਟਿਊਬ 'ਤੇ ਵੀ ਹੋ ਜਾਈਏ, ਅਤੇ ਉੱਥੇ ਆਪਣਾ ਟੋਚਨ ਮੁਕਾਬਲਾ ਜੀ, ਠੀਕ ਹੈ, ਟੋਚਨ ਮੁਕਾਬਲੇ ਦੇ ਉੱਤੇ ਲਾਈਵ ਹੋਵਾਂਗੇ ਕਿਉਂਕਿ ਟੋਚਨ ਮੁਕਾਬਲਾ ਬਹੁਤ ਘੱਟ ਲੋਕਾਂ ਨੇ ਵੇਖਿਆ, ਅਤੇ ਤੁਹਾਨੂੰ ਵਿਖਾਵਾਂਗੇ ਟੋਚਨ ਮੁਕਾਬਲਾ। ਲੱਖਾ ਸਿੱਧੂ ਧੰਨਵਾਦ ਵੀਰੇ ਤੇਰਾ, ਅਤੇ ਲਾਈਕ ਕਰ ਦਈਏ ਆਪਾਂ ਵੀ ਕਮੈਂਟ ਸਾਰਿਆਂ ਦੇ, ਠੀਕ ਹੈ ਜੀ, ਕੀ ਹਾਲ ਹੈ ਬਈ, ਵਧੀਆ ਵਧੀਆ ਬਈ, ਲੱਖੇ ਦਾ ਪਹਿਲਾਂ ਕਮੈਂਟ ਸੀ ਮੈਂ ਪੜ੍ਹਿਆ ਨਹੀਂ, ਅਤੇ ਇੱਕ ਨਵਾਂ ਕਮੈਂਟ ਆ ਗਿਆ, ਰਾਮ ਰਾਮ ਬਾਈ ਜੀ, ਰਾਮ ਰਾਮ ਬਾਈ ਸੰਜੇ ਵਰਮਾ, ਰਾਮ ਰਾਮ ਬਾਈ, ਔਰ ਕੀ ਹਾਲ ਹੈ, ਔਰ ਬਾਈ ਕੀ ਹਾਲ ਹੈ, ਅਤੇ ਥੋੜ੍ਹਾ ਜਿਹਾ ਆਪਾਂ ਵੀ ਕੁਛ ਲਾ ਦਈਏ, ਅੱਜ ਵੈਡਨਸਡੇ, ਵੈਡਨਸਡੇ ਦਾ ਲਾ ਦਈਏ ਵੀ ਹਾਂ ਅੱਜ ਦਿਨ ਬੁੱਧਵਾਰ ਲੱਗਦੀ ਹੈ, ਬਹੁਤ ਔਰ ਓਲਡ ਮਾਡਲ ਨਹੀਂ ਚਾਹੀਦਾ ਮਹਿੰਦਰਾ, ਬਈ ਜੇ ਨਵਾਂ ਮਾਡਲ ਲਵੇਂਗਾ ਨਾ ਅਤੇ ਮੇਰੀ ਵੀਡੀਓ ਵਡੈਚ ਟਰੈਕਟਰਸ ਦੇ ਉੱਤੇ ਆ ਰਹੀ ਹੈ ਹੁਣ ਬਹੁਤ ਜਲਦ, ਅਤੇ ਉਹਨਾਂ ਦੇ ਉੱਤੇ ਵੀਡੀਓ ਆ ਰਹੀ ਹੈ, ਠੀਕ ਹੈ, ਅਤੇ ਹਰਪ੍ਰੀਤ ਸਿੰਘ ਹਾਏ ਹਾਏ ਬਈ ਕੀ ਹਾਲ ਚਾਲ ਨੇ, ਠੀਕ ਹੈ, ਉਹਨਾਂ ਦੇ ਉੱਤੇ ਆ ਰਹੀ, ਉਹਨਾਂ ਨੇ ਤੁਹਾਡੇ ਤੋਂ 30 to 40,000 ਰੁਪਇਆ ਲੈ ਕੇ ਲੋਨ ਕਰਵਾ ਦੇਣਾ, ਠੀਕ ਹੈ, ਜੋ ਸੁਵਿਧਾ ਲੈਣੀ ਉਹ ਲੈ ਲਓ, ਅਤੇ ਜੇ ਨਵਾਂ ਤੁਸੀਂ ਆਉਂਦੇ, ਜੇ ਨਵੇਂ ਦੇ ਵਿੱਚ ਉਹਨਾਂ ਦੇ 2-3 ਔਫਰ ਨੇ, ਵੈਸੇ ਇੱਕ ਤਾਂ 50,000 ਦੇ ਕੇ ਤੁਸੀਂ ਲਿਜਾ ਸਕਦੇ ਟਰੈਕਟਰ, ਇੱਕ ਹੈਗਾ ਟੈਂਕੀ ਤੇਲ ਦੀ ਫੁੱਲ ਪ੍ਰਗ ਦੇਣਗੇ ਜਿਹੜਾ 100 ਕਿਲੋਮੀਟਰ ਤੋਂ ਆਉਂਦਾ, ਠੀਕ ਹੈ ਜੀ, ਇੱਕ ਔਫਰ ਹੈਗਾ ਉਹਨਾਂ ਦਾ ਲੋਨ ਵਾਲਾ, ਅਤੇ ਲੋਨ ਕਰਵਾ ਕੇ ਦੇਣਗੇ ਜੀ। ਫਰੀਦਕੋਟ ਤੋਂ ਬਾਈ, ਠੀਕ ਹੈ ਵੀਰੇ, ਜੋਗਿੰਦਰ ਸਿੰਘ ਚੌਹਾਨ ਸਮਝ ਆ ਗਈ, ਠੀਕ ਹੈ, ਫਰੀਦਕੋਟ 265 DI 2003 ਤੋਂ ਲੈ ਕੇ 2010 ਮਾਡਲ ਤੱਕ ਬਈ ਖੜੇ ਹੋਣਗੇ, ਮੈਂ 265-2000 ਬਈ 1,60,70,000 ਤੁਹਾਨੂੰ ਇੱਥੇ ਪ੍ਰਾਈਜ਼ ਲਿਖਿਆ ਮਿਲ ਜਾਏਗਾ 3 ਮਾਡਲ ਤੋਂ ਲੈ ਕੇ, ਠੀਕ ਹੈ, ਅਤੇ ਤੁਹਾਨੂੰ ਬਣੇਗਾ 1.5-2 ਚ ਬਣ ਜਾਏਗਾ, ਠੀਕ ਹੈ, 605-210 ਮਾਡਲ, 11-6-5 ਬਈ ਟਰਾਲੀਆਂ ਦੇ ਉੱਤੇ ਮੇਰੀਆਂ ਬਹੁਤ ਵੀਡੀਓ ਪਹਿਲਾਂ ਵੀ ਨੇ ਅਤੇ ਹੁਣ ਦੁਬਾਰਾ ਫੇਰ ਆਉਣਗੀਆਂ, ਠੀਕ ਹੈ ਜੀ, ਹਰਮਨ ਯੈਸ, ਠੀਕ ਹੈ ਬਈ, ਕਿਉਂਕਿ ਉਹਦੇ ਉੱਤੇ ਮੇਰੀ ਵੀਡੀਓ ਆ ਰਹੀ ਬਹੁਤ ਜਲਦ, ਉਹ ਤੁਸੀਂ ਵੇਖ ਲਿਆ ਜੇ ਆਪਦੇ ਫਾਇਦੇ ਲਈ ਵੇਖਣੀ ਹੈ ਤੁਸੀਂ, ਠੀਕ ਹੈ, ਲੋਨ ਵਗੈਰਾ ਵਾਸਤੇ ਜਿਨ੍ਹਾਂ ਨੇ ਦਿੱਕਤ ਹੈ ਨਾ ਲੋਨ ਵਗੈਰਾ ਦੀ ਜਾਂ ਕੋਈ ਪੈਸੇ ਦੀ ਦਿੱਕਤ ਹੈ, ਕਿਉਂਕਿ ਸੀਜ਼ਨ ਆ ਰਿਹਾ ਸਾਰਿਆਂ ਨੂੰ ਇਹ ਆ ਬਈ ਹੁਣ ਟਰੈਕਟਰ ਲੈ ਲਈਏ ਅਤੇ 4 ਪੈਸੇ ਕਮਾਵਾਂਗੇ, ਠੀਕ ਹੈ, ਸਾਰਿਆਂ ਨੂੰ ਹੀ ਹੁੰਦਾ ਵੀ ਗੇੜੇ ਲਾਵਾਂਗੇ 4 ਪੈਸੇ ਕਮਾ ਲਾਂਗੇ, ਅਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਆ ਜੇ, ਕਮੈਂਟ ਆ ਗਏ 2 ਨਵੇਂ ਹੋਰ, 605-210 ਜੀ, ਗੁੱਡ ਜੋਬ ਸੰਜੇ ਵਰਮਾ, ਧੰਨਵਾਦ ਵੀਰੇ, 605 ਹਰਪ੍ਰੀਤ ਸਿੰਘ ਦਾ ਕਮੈਂਟ ਹੈ, 605-210 ਵੀਰ, 605 ਵੀਰੇ ਕੋਲੇ ਕਿਹੜਾ ਖੜਾ, ਕੋਲੇ ਮੈਂ ਮਸਾਂ ਬੈਠਾ ਸੀ, ਮੈਂ ਥੱਕ ਗਿਆ ਬਈ, ਠੀਕ ਹੈ, ਥੱਕੇ ਕਰਕੇ ਪੈ ਗਏ ਯਾਰ, ਸਵੇਰ ਦੇ ਮੰਡੀ 'ਚ ਤੁਰੇ ਫਿਰਦੇ, 605 ਜੀ ਵੀਰੇ ਆਹ ਖੜਾ, ਠੀਕ ਹੈ, ਇਹ ਹੈਗਾ 2002 ਮਾਡਲ ਹੈ, 2.5 ਲੱਖ ਰੁਪਇਆ ਡਿਮਾਂਡ ਹੈ, ਇਹ ਰਾਜਸਥਾਨ ਨੰਬਰ ਹੈ, ਠੀਕ ਹੈ, ਅਤੇ ਵੀਰੇ ਨੇੜੇ ਕਰਕੇ ਵਿਖਾ ਤਾ, ਤੇਰੇ ਵੀ ਠੀਕ ਹੈ ਕਰਮ, ਹਰਪ੍ਰੀਤ ਸਿੰਘ ਕਿਸਮਤ ਚੰਗੀ ਹੈ, ਅਤੇ ਕਿਸਮਤ ਚੰਗੀ ਬਈ ਤੇਰਾ ਨੇੜੇ ਹੀ ਖੜਾ ਸੀ ਟਰੈਕਟਰ, ਠੀਕ ਹੈ, ਅਤੇ ਹੋਰ ਕਰੋ ਬਈ ਕਮੈਂਟ, 855-13 ਮਾਡਲ, ਉਹ ਬਈ ਸਾਹਮਣੇ ਖੜਾ, ਵੈਸੇ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ, 10 ਮਾਡਲ ਵੀਰੇ, 10 ਮਾਡਲ ਮੈਂ ਐਵੇਂ ਤਾਂ ਨਹੀਂ ਆਉਂਦਾ ਤੈਨੂੰ, 10 ਮਾਡਲ ਖੜੇ ਹੈਗੇ, ਠੀਕ ਹੈ, ਵਾਧੂ ਖੜੇ ਟਰੈਕਟਰ, ਅਤੇ ਵੀਡੀਓ ਚੱਲੀ ਨੂੰ ਲਾਈਵ ਨੂੰ ਹੋ ਚੱਲਿਆ 51 ਮਿੰਟ ਹੋ ਗਏ, ਠੀਕ ਹੈ ਜੀ, ਅਤੇ
ਆਪਣਾ ਲਿੰਕ ਦੇਤਾ ਯੂਟਿਊਬ ਦਾ ਬਾਈ, ਵੀਡੀਓ ਆਵੇਗੀ ਠੀਕ ਹੈ। ਵੀਡੀਓ ਦੇ ਵਿੱਚ ਅਰਜਨ ਹੈਗਾ ਐਡੀਸ਼ਨ 15 ਨਿਊ ਹੋਲੈਂਡ ਐਡੀਸ਼ਨ ਠੀਕ ਹੈ ਜੀ, 15 ਮਾਡਲ ਰਾਮਪਾਲ। ਬਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੰਨ ਕੇ ਚੱਲੋ 15 ਮਾਡਲ ਵੀ ਮਿਲ ਜਾਏਗਾ ਤੁਹਾਨੂੰ, ਹਰ ਇੱਕ ਟ੍ਰੈਕਟਰ ਮਿਲੇਗਾ। ਮੇਰਾ ਮੇਨ ਮਕਸਦ ਇਹ ਹੁੰਦਾ ਮੰਡੀ ਵਿਖਾਈਏ, ਮੰਡੀ ਦੇ ਵਿੱਚ ਕੀ ਰੇਟ ਚੱਲਦਾ, ਕੀ ਕੰਡੀਸ਼ਨਾਂ ਚੱਲਦੀਆਂ, ਹੈ ਨਾ, ਇਹ ਹੁੰਦਾ। ਅਤੇ ਜਦੋਂ ਤੁਹਾਨੂੰ ਇਹ ਕੰਡੀਸ਼ਨ ਅਤੇ ਰੇਟ ਥੋੜ੍ਹੇ ਜਿਹੇ ਪਤਾ ਲੱਗ ਜਾਣ ਨਾ, ਅੰਦਾਜ਼ੇ ਵੱਜ ਜਾਣ, ਉਦੋਂ ਤੁਸੀਂ ਮੰਡੀ ਦੇਖ ਲਿਆ ਕਰੋ। ਮੇਰਾ ਮੇਨ ਮਕਸਦ ਇਹ ਹੁੰਦਾ ਵੀਡੀਓ ਪਾਉਣ ਦਾ ਜੀ। ਇਹਦੇ ਵਿੱਚ ਫਾਇਦਾ ਤੁਹਾਡਾ ਇਹ, ਜਿਵੇਂ ਇਸ ਬੁੱਧਵਾਰ ਮੈਂ ਪਿਛਲੇ ਬੁੱਧਵਾਰ ਆਇਆ ਸੀ ਯਾਨੀ ਕਿ ਇੱਥੇ ਮੰਡੀ 'ਚ, ਅਤੇ ਮੰਡੀ ਇਦੋਂ ਘੱਟ ਭਰੀ ਸੀ। ਮੰਡੀ 'ਚ ਲਾ ਲਓ 40 ਸਟਾਰ ਰੀਪਰ ਹੋਣੇ ਆ ਪਿਛਲੀ ਮੰਡੀ 'ਚ, ਇਸ ਵਾਰੀ 100 ਤੋਂ ਪਲੱਸ ਸਟਾਰ ਰੀਪਰ ਆਏ ਇੱਕ ਬੁੱਧਵਾਰ ਦੇ ਵਿੱਚ। 7 ਦਿਨਾਂ ਦੇ 8 ਦਿਨਾਂ ਦੇ ਵਿੱਚ ਦੇ ਵਿੱਚ ਗੈਪ ਵੇਖੋ ਵੀ ਮੰਡੀ ਕਿੰਨੀ ਭਰਨੀ ਸ਼ੁਰੂ ਹੋਈ। ਹੁਣ ਅਗਾਂਹ ਅਗਾਂਹ ਤੁਸੀਂ ਇੱਥੋਂ ਵੀ ਮੰਡੀ ਭਰੀ ਵੇਖੋਗੇ, ਅਤੇ ਇਹ ਸਾਡਾ ਆਪਦਾ ਐਕਸਪੀਰੀਅੰਸ ਹੈ। ਮੰਨ ਲਓ ਪਿਛਲੇ ਸਾਲ ਦੇ ਅਸੀਂ ਆ ਰਹੇ ਹਾਂ ਇੱਥੇ ਠੀਕ ਹੈ, 1 ਸਾਲ ਹੋ ਗਿਆ ਆਉਂਦਿਆਂ ਨੂੰ, ਅਤੇ ਵੀ 1 ਸਾਲ ਹੋ ਗਿਆ, ਇਸੇ ਕਰਕੇ ਨਾ ਐਕਸਪੀਰੀਅੰਸ ਹੈ ਸਾਨੂੰ ਵੀ ਮਾਰਚ ਮਹੀਨੇ 'ਚ ਨਾ ਤੁਸੀਂ ਇੱਥੇ ਵੇਖੋਗੇ ਟਰੈਕਟਰਾਂ ਦੇ ਰੇਟ ਵੀ ਹਾਈ ਮਿਲਣਗੇ, ਅਤੇ ਟਰੈਕਟਰ ਅੜੀ ਫੜੀ 'ਚ ਵਿਕਣਗੇ। ਵੀ ਬਾਅਦ 'ਚੋਂ ਤੁਸੀਂ ਆਖੋ ਵੀ ਟਰੈਕਟਰ ਸਾਡੇ ਹੱਥਾਂ 'ਚ, ਜਿਵੇਂ ਕਈ ਵਾਰੀ ਚੀਜ਼ ਪਸੰਦ ਆ ਜਾਂਦੀ ਉਹ ਨਿਕਲ ਜਾਂਦੀ ਹੈ ਠੀਕ ਹੈ ਚੀਜ਼। ਵਾਹਿਗੁਰੂ ਜੀ, ਵਾਹਿਗੁਰੂ, ਰਾਮ ਰਾਮ, ਰਾਮ ਰਾਮ ਨੇ ਲਿਖਿਆ ਏ, ਵਾਹਿਗੁਰੂ ਜੀ, ਧੰਨਵਾਦ ਵੀਰੇ। ਠੀਕ ਹੈ ਵੀਰੇ, ਸਵਰਾਜ ਤੋਂ ਸ਼ੁਰੂ ਕੀਤਾ ਸੀ ਅਤੇ ਸਾਰੇ ਜਣੇ ਸ਼ੇਅਰ ਕਰਦੇ ਜੀ ਵੀਡੀਓ ਨੂੰ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਅਤੇ ਲਾਈਵ ਆਪਾਂ ਹੋਵਾਂਗੇ ਬਹੁਤ ਜਲਦ ਫਿਰ ਦੁਬਾਰਾ, ਐਤਵਾਰ ਸ਼ਨੀਵਾਰ ਦੋਨੇ ਦਿਨ ਲਾਈਵ ਹੋਵਾਂਗੇ, ਜ਼ਰੂਰ ਜੁੜਿਆ ਜੇ। ਧੰਨਵਾਦ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। 15 ਜਣੇ ਜੇ 15 ਜਣੇ ਤੁਸੀਂ ਲਾਸਟ 'ਤੇ ਲਾਈਕ ਕਰ ਜਾਓ, 15 ਲਾਈਕ ਮਿਲਣਗੇ, 15 ਹੀ ਤੁਸੀਂ ਇੱਕ ਇੱਕ ਚੀਜ਼ ਸ਼ੇਅਰ ਕੀਤਾ ਤਾਂ 15 ਸ਼ੇਅਰ ਹੋ ਜਾਣੇ, ਅਤੇ 2-2 ਕਰੋ। ਅਤੇ ਹਮੇਸ਼ਾ ਇੰਡੀਆ ਨੂੰ ਪ੍ਰੋਫਿਟ ਇਸੇ ਤਰੀਕੇ ਨਾਲ ਹੀ ਹੁੰਦਾ, ਜਦੋਂ 1 ਰੁਪਇਆ ਜਾਂ ਕਹਿ ਦਿਓ ਵੀ 2 ਰੁਪਈਏ ਡੀਜ਼ਲ ਦੇ ਵਿੱਚ ਰੇਟ ਦੇ ਵਿੱਚ ਫਰਕ ਆਉਂਦਾ ਨਾ, ਤਾਂ 132 ਕਰੋੜ ਜਨਤਾ ਹੈ। 132 ਦੇ ਵਿੱਚ ਤੁਸੀਂ 100 ਕਰੋੜ ਲਾ ਲਓ, 100 ਕਰੋੜ ਨੇ 1 ਲੀਟਰ ਤੇਲ, 1 ਲੀਟਰ ਡੀਜ਼ਲ ਵੀ ਪਵਾਇਆ ਨਾ। ਵੈਸੇ ਤਾਂ 10 ਲੀਟਰ ਤੋਂ ਘੱਟ ਕੋਈ ਲਿਆਉਂਦਾ ਨਹੀਂ ਡੀਜ਼ਲ, 5 ਤੋਂ ਘੱਟ ਮਾਤਰ ਬੰਦਾ ਨਹੀਂ ਲਿਆਉਂਦਾ ਠੀਕ ਹੈ। ਅਤੇ ਜਦੋਂ 1 ਲੀਟਰ ਦੀ ਵੈਲਿਊ ਤੁਸੀਂ ਕੱਢੋਗੇ ਨਾ, 100 ਕਰੋੜ ਰੁਪਈਆ ਉਹਨਾਂ ਦੇ 1 ਦਿਨ ਦੇ ਵਿੱਚ ਪ੍ਰੋਫਿਟ ਆਉਂਦਾ ਜੀ ਠੀਕ ਹੈ। 1 ਦਿਨ ਦੇ ਵਿੱਚ 100 ਕਰੋੜ ਦਾ ਪ੍ਰੋਫਿਟ ਆਉਂਦਾ। ਇਹ ਹੁੰਦੀ ਹੈ ਜੀ ਆਪਣਾ ਜਨਤਾ ਦੀ ਪਾਵਰ, ਇਹ ਜਨਤਾ ਦੀ ਪਾਵਰ ਆ ਉਹ ਸਰਕਾਰ ਯੂਜ਼ ਕਰ ਰਹੀ ਹੈ ਠੀਕ ਹੈ। ਹੁਣ ਮੈਂ ਉਸੇ ਤਰੀਕੇ ਨਾਲ ਤੁਹਾਨੂੰ ਕਿਹਾ, ਜੇ ਤੁਸੀਂ 14 ਜਾਣੇ ਜੇ ਮੇਰੇ ਲਾਈਵ ਦੇ ਵਿੱਚ ਜਾਂ 15 ਜਾਣੇ ਜੇ ਤੁਸੀਂ 14 ਜਾਣੇ ਸ਼ੇਅਰ ਕਰਦੇ ਜੇ, ਤਾਂ ਮੈਨੂੰ ਫਾਇਦਾ ਹੋ ਜਾਣਾ ਵੀ 2-2 ਸ਼ੇਅਰ ਵੀ ਕੀਤੇ ਤਾਂ ਮੇਰੇ 28-30 ਸ਼ੇਅਰ ਹੋ ਜਾਣਗੇ ਠੀਕ ਹੈ। ਜੇ ਮੈਂ ਤੁਹਾਨੂੰ ਆਖਾਂ ਵੀ ਟਾਰਗੇਟ ਆ 150 ਸ਼ੇਅਰ ਦਾ, ਤੁਸੀਂ 4-4 ਸ਼ੇਅਰ ਵੀ ਕੀਤੇ ਇੱਕ ਬੰਦੇ ਨੇ, ਤਾਂ ਵੀ 150 ਹੋ ਜਾਣਾ। ਇਹ ਹੁੰਦੀ ਹੈ ਜੀ ਆਮ ਜਨਤਾ ਦੀ ਪਾਵਰ, ਪਰ ਜਨਤਾ ਸਮਝਦੀ ਨਹੀਂ ਗੀ ਇਸ ਗੱਲ ਨੂੰ। ਉਸੇ ਤਰੀਕੇ ਨਾਲ ਮੈਂ ਕਹਿਣਾ ਚਾਹੁੰਦਾ ਵੀ ਜਿਵੇਂ ਡੀਜ਼ਲ ਮਹਿੰਗੇ ਹੁੰਦੇ ਆ ਸਸਤੇ ਹੁੰਦੇ ਆ ਨਾ, ਆਪਾਂ ਸੋਚਦੇ ਹਾਂ ਰੁਪਈਏ ਨਾਲ ਆਪਾਂ ਨੂੰ ਕੋਈ ਨਹੀਂ ਫਰਕ ਪੈਂਦਾ, ਸਰਕਾਰ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਜੇ ਰੁਪਈਆ ਟੁੱਟਦਾ ਤਾਂ ਗਿਰਾਵਟ ਆਉਂਦੀ ਆ, ਜੇ ਰੁਪਈਆ ਵੱਧਦਾ ਤਾਂ ਉਹਨਾਂ ਨੂੰ ਪ੍ਰੋਫਿਟ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ, ਬਹੁਤ ਜ਼ਿਆਦਾ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਧੰਨਵਾਦ। ਰਿਪਲਾਈ ਕਿੱਕ ਆਧਾਰ ਰਿਪਲਾਈ ਸਪੈਸ਼ਲ ਐਡੀਸ਼ਨ ਦਿਖਾਓ ਜੀ ਬਾਈ ਰਾਮਪਾਲ, ਬਾਈ ਟਰੈਕਟਰ ਵਿਖਾ ਚੁੱਕਿਆ ਹੁਣ ਬਈ ਸਵੇਰ ਦੇ ਤੁਰ ਤੁਰ ਕੇ ਨਾ ਵੀਡੀਓ ਬਣਾ ਬਣਾ ਕੇ ਬਈ ਬੰਦਾ ਨਾ ਤੁਰ ਤੁਰ ਕੇ ਬੱਸ ਹੋ ਜਾਂਦੀ ਠੀਕ ਹੈ। ਅਤੇ ਮੰਡੀ ਪਹਿਲਾਂ ਘੁੰਮੀ ਦੀ ਹੈ, ਫਿਰ ਕਈਆਂ ਨੂੰ ਆਖੀਦਾ ਵੀਡੀਓ ਬਣਾ ਲਈਏ, ਫਿਰ ਮੌਕਾ ਦਿੰਦੇ ਅਗਲੇ ਫਿਰ ਵੀਡੀਓ ਬਣਾਉਣ ਦਾ ਠੀਕ ਹੈ।
ਵੈਸੇ ਅੱਜ ਲਾਈਵ ਦੇ ਵਿੱਚ ਆਪਣੇ ਨਾਲ ਕੀ ਹੋਇਆ ਤੁਸੀਂ ਵੇਖ ਹੀ ਲਿਆ ਜੇ ਦੁਬਾਰਾ ਲਾਈਵ 'ਚ ਕੀ ਬਣਿਆ ਕੀ ਨਹੀਂ ਬਣਿਆ ਨਾ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਵੀ ਲਾਈਵ ਦੇ ਵਿੱਚ ਅਗਲੇ ਨੇ ਮਨਾ ਕੀਤਾ ਉਹ ਥੋੜ੍ਹਾ ਮੂਡ ਖਰਾਬ ਹੋ ਗਿਆ, ਨਹੀਂ ਤਾਂ ਲਾਈਵ ਤਾਂ ਉਹਨੇ ਹੋਰ ਘੈਂਟ ਲਾਈਕ ਕਰਦੇ ਅੱਜ ਵੱਧ ਕਰਦੇ, ਤੁਸੀਂ ਐਵੇਂ ਵੀ ਕੋਈ ਕਹਿ ਦਿੰਦਾ ਨਾ ਵੀ ਨਾ ਇੱਥੇ ਵੀਡੀਓ ਨਾ ਬਣਾ, ਉਦੋਂ ਸਾਡਾ ਮੂਡ ਖਰਾਬ ਹੋ ਜਾਂਦਾ ਵੀ ਮਨ ਖਰਾਬ ਹੋ ਜਾਂਦਾ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਬਈ, ਧੰਨਵਾਦ ਸਾਰਿਆਂ ਦਾ ਜਿਹੜੇ ਜਣੇ ਜੁੜੇ ਅੱਗੇ ਵੀ ਨਾਲ ਜੁੜੇ ਰਿਹਾ ਜੇ, ਧੰਨਵਾਦ।